ਜਿਹੜਾ ਇੱਕ ਸਵਾਲ ਹੈ ਕਾਂਗਰਸ ਨੂੰ, ਅਸ਼ਵਨੀ ਸੇਖੜੀ ਨੂੰ ਤੁਸੀਂ ਆਪਣਾ ਲੀਡਰ ਮੰਨਦੇ ਹੋ? ਨਹੀਂ ਮੈਂ ਨਹੀਂ ਮੰਨਦਾ ਜੀ, ਨਹੀਂ ਮੈਂ ਨਹੀਂ ਮੰਨਦਾ ਜੀ। ਪਾਕਿਸਤਾਨ ਵਾਲੇ ਰੋਲ ਲੱਪੇ ਸੀ ਵੀ ਕੈਪਟਨ ਸਾਡੀ ਚਾਚੀ ਨੂੰ ਇੱਥੇ ਨੱਪ ਕੇ ਭੇਜੇ, ਉਹ ਅਭਿਨੰਦਨ ਭੇਜ ਦੋ, ਚਾਚੀ ਬਚਾਓ, ਇਹੋ ਹੀ ਮੁੱਦਾ ਹੈ। ਤੋਂ ਵੱਧ ਕੁਛ ਨਹੀਂ ਕਰੀਦਾ। ਮੇਰੀ ਗੱਲ ਸੁਣੋ, ਅਗਰ ਮੋਦੀ ਸਾਹਿਬ ਇੰਨੇ ਇਮਾਨਦਾਰ, ਬੀਜੇਪੀ ਐਡੀ ਇਮਾਨਦਾਰ ਆ, 5 ਸਾਲਾਂ ਵਿੱਚ ਤੁਸੀਂ ਕਿੰਨਾ ਕਾਂਗਰਸ ਦੇ ਲੀਡਰ ਜੇਲ੍ਹਾਂ ਦੇ ਵਿੱਚ ਤੁਹਾਡੇ, ਮੈਨੂੰ ਗਿਣਤੀ ਦੱਸੋ। NRI ਚੈਨਲ ਤੇ ਦਰਸ਼ਕਾਂ ਦਾ ਸਵਾਗਤ ਹੈ ਜੀ, ਤੇ ਮੈਂ ਹਰਸ਼ਪਾਲ ਸਿੰਘ ਅੱਜ ਦਾ ਖਾਸ ਡਿਬੇਟ ਸ਼ੋਅ ਲੈ ਕੇ ਹਾਜ਼ਰ ਹਾਂ। ਜਨਤਾ ਦੀ ਕਚਹਿਰੀ ਦੇ ਵਿੱਚ ਖੜੇ ਨੇ ਇਸ ਵੇਲੇ ਜੋ ਅਲੱਗ ਅਲੱਗ ਪਾਰਟੀਆਂ ਦੇ ਨੁਮਾਇੰਦੇ ਨੇ, ਔਰ ਇਸ ਦੇ ਨਾਲ ਸਾਡੇ ਨਾਲ ਇਸ ਵੇਲੇ ਇਹਨਾਂ ਦੇ ਸਵਾਲ ਜਵਾਬ, ਇਹਨਾਂ ਦੇ ਉੱਪਰ ਤਿੱਖੇ ਸਵਾਲ ਦਾਗਣ ਦੇ ਲਈ ਪੱਤਰਕਾਰ ਭਾਈਚਾਰੇ ਦੇ ਵਿੱਚੋਂ ਬੜੀਆਂ ਮਹਾਨ ਹਸਤੀਆਂ, ਪੱਤਰਕਾਰ ਜਗਤ ਦੀਆਂ ਬਹੁਤ ਹੀ ਚਮਕਦੇ ਸਿਤਾਰੇ ਜਿਹੜੇ ਨੇ ਉਹ ਵੀ ਸਾਡੇ ਨਾਲ ਜੁੜੇ ਨੇ। ਸੋ ਸਭ ਤੋਂ ਪਹਿਲਾਂ ਇਸ ਡਿਬੇਟ ਸ਼ੋਅ ਦੇ ਵਿੱਚ ਆਏ ਹੋਏ ਆਪਣੇ ਖਾਸ ਮਹਿਮਾਨ ਕਿਸ ਕਿਸ ਪਾਰਟੀ ਤੋਂ ਨੇ, ਅਸੀਂ ਉਹਨਾਂ ਦਾ ਤਾਰੁਫ ਆਪ ਨੂੰ ਕਰਵਾ ਦਿੰਦੇ ਹਾਂ। ਸਭ ਤੋਂ ਪਹਿਲਾਂ ਅਸੀਂ ਆਪ ਜੀ ਦਾ ਤਾਰੁਫ ਕਰਵਾ ਰਹੇ ਹਾਂ ਕਾਂਗਰਸ ਪਾਰਟੀ ਵੱਲੋਂ, ਮਨਜੀਤ ਸਿੰਘ ਜੀ ਹੰਸਪਾਲ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਵੱਲੋਂ ਸਾਡੇ ਨਾਲ ਨੇ ਸ਼ੈਰੀ ਕਲਸੀ ਜੀ, BJP ਵੱਲੋਂ ਸਤਿਕਾਰਯੋਗ ਜਗਦੀਸ਼ ਰਾਜਸਾਨੀ ਜੀ, ਔਰ ਲੋਕ ਇਨਸਾਫ ਪਾਰਟੀ ਵੱਲੋਂ ਵਿਜੇ ਤਰੇਨ ਜੀ। ਆਪ ਸਭ ਦਾ ਆਏ ਹੋਏ ਖਾਸ ਮਹਿਮਾਨਾਂ ਦਾ ਔਰ ਇਸ ਡਿਬੇਟ 'ਚ ਹਿੱਸਾ ਲੈਣ ਦੇ ਲਈ NRI ਚੈਨਲ ਵੱਲੋਂ ਆਪ ਜੀ ਦਾ ਸਵਾਗਤ ਹੈ ਜੀ। ਸੋ ਡਿਬੇਟ ਅੱਜ ਦਾ ਸ਼ੋਅ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ। ਇਸ ਸ਼ੋਅ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਗੱਲ ਇਹ ਕਰ ਰਹੇ ਹਾਂ ਕਿ ਪ੍ਰਾਪਤੀਆਂ, ਲੋਕ ਸਭਾ 2019 ਆ ਗਈ ਹੈ, ਲੋਕ ਸਭਾ 2019 ਦੇ ਵਿੱਚ ਕਾਂਗਰਸ ਪਾਰਟੀ ਕਿਸ ਮੁੱਦੇ ਦੇ ਉੱਤੇ ਲੋਕਾਂ ਕੋਲੋਂ ਵੋਟਾਂ ਮੰਗੇਗੀ? ਕਾਂਗਰਸ ਪਾਰਟੀ ਜਿਵੇਂ ਕਿ ਸਭ ਨੂੰ ਪਤਾ, ਸਾਡੀ ਪਿਛਲੇ ਲਗਭਗ 2 ਸਾਲ ਤੋਂ ਪੰਜਾਬ ਦੇ ਵਿੱਚ ਸਰਕਾਰ ਚੱਲ ਰਹੀ ਹੈ ਕੈਪਟਨ ਅਮਰਿੰਦਰ ਸਿੰਘ ਹੋਣਾਂ ਦੀ ਰਹਿਨਮਾਈ ਦੇ ਥੱਲੇ। ਅਸੀਂ ਜਦੋਂ ਸਾਨੂੰ ਸਰਕਾਰ ਬਣਾਉਣ ਦਾ ਮੌਕਾ ਮਿਲਿਆ ਸੀ, ਸਭ ਲੋਕਾਂ ਨੂੰ ਪਤਾ ਹੈ ਕਿ ਉਦੋਂ ਸਾਡੇ ਪੰਜਾਬ ਦੀ ਇਕਾਨਮੀ ਦਾ ਔਰ ਆਮ ਲੋਕਾਂ ਦਾ ਕੀ ਹਾਲਾਤ ਸੀ। ਉਸ ਹਾਲਾਤ ਨੂੰ ਅਸੀਂ ਇਹ ਪਿਛਲੇ 1.5-2 ਸਾਲ ਦੇ ਵਿੱਚ ਸੁਧਾਰਿਆ ਹੈ। ਅਸੀਂ ਲੋਕ ਪੱਖੀ ਕੰਮ ਕੀਤੇ ਹਨ, ਅਸੀਂ ਨਸ਼ੇ ਦੇ ਉੱਤੇ ਵਰਕ ਕੀਤਾ ਹੈ, ਨਸ਼ੇ ਨੂੰ ਠੱਲ ਪਾਈ ਹੈ। ਇਸ ਤੋਂ ਇਲਾਵਾ ਅਸੀਂ ਪੰਜਾਬ ਦੀ ਇਕਾਨਮੀ ਨੂੰ ਆਪਣੇ ਪੈਰਾਂ ਸਿਰ ਖੜੇ ਕੀਤਾ ਹੈ, ਜਿਸ ਦੇ ਨਾਲ ਹੁਣ ਸਾਡੇ ਪੰਜਾਬ ਦੇ ਵਿੱਚ ਡਿਵੈਲਪਮੈਂਟ ਹੋਣੀ ਸ਼ੁਰੂ ਹੋਈ ਹੈ, ਔਰ ਕਿਸਾਨਾਂ ਦੇ ਹੱਕ ਵਿੱਚ ਅਸੀਂ ਕੰਮ ਕੀਤਾ ਹੈ, ਕਿਸਾਨਾਂ ਦੀਆਂ ਫਸਲਾਂ ਦਾ ਖਾਸ ਕਰਕੇ ਖਿਆਲ ਕੀਤਾ ਜੀ। ਬਿਲਕੁਲ ਬਿਲਕੁਲ, ਬਹੁਤ ਸਾਰੇ ਕੰਮ ਤੁਸੀਂ ਗਿਣਾਏ ਨੇ। ਆਮ ਆਦਮੀ ਪਾਰਟੀ ਤੁਹਾਨੂੰ ਲੋਕ ਪਸੰਦ ਕਿਉਂ ਕਰਨਗੇ, ਕਿਹੜੇ ਐਸੇ ਕੰਮ ਨੇ? ਦੇਖੋ ਜੀ, ਜਿਹੜੀ ਆਮ ਆਦਮੀ ਪਾਰਟੀ ਹੈ, ਇੱਕ ਬਹੁਤ ਹੀ ਛੇਤੀ ਕਹਿ ਸਕਦੇ ਹਾਂ ਵੀ ਇਹ ਪਾਰਟੀ ਦਾ ਗ੍ਰਾਫ ਉੱਪਰ ਤੱਕ ਆਇਆ, ਔਰ ਜੇ ਅੱਜ ਦਿੱਲੀ ਦੇ ਵਿੱਚ ਇਹਦਾ ਰਾਜ ਆ ਅਤੇ ਉੱਥੋਂ ਦੀ ਜਿਹੜੀ ਆਵਾਮ ਆ ਉੱਥੋਂ ਦੀ ਸੁੱਖ ਭੋਗ ਰਹੀ ਹੈ। ਫ੍ਰੀ ਮੈਡੀਕਲ ਸਹੂਲਤ, ਬੱਚਿਆਂ ਦੀ ਪੜ੍ਹਾਈ ਫ੍ਰੀ, ਬਿਜਲੀ ਘੱਟ ਰੇਟਾਂ 'ਤੇ, ਇੱਥੋਂ ਤੱਕ ਕਿ ਵੀ ਜਿਹੜਾ ਦਿੱਲੀ ਦੇ ਵਿੱਚ ਕਿਹਾ ਜਾਂਦਾ ਸੀ ਵੀ ਪਾਣੀ ਮੁੱਲ ਵਿਕਦਾ, ਅੱਜ ਉਹ ਅਰਵਿੰਦ ਕੇਜਰੀਵਾਲ ਨੇ ਪਾਣੀ ਤੱਕ ਫ੍ਰੀ ਕਰ ਦਿੱਤਾ ਜੀ। ਅਸੀਂ ਇਹੀ ਮੁੱਦੇ ਜਿਹੜੇ ਨੇ ਲੈ ਕੇ ਲੋਕਾਂ 'ਚ ਜਾਵਾਂਗੇ, ਜਿਹੜਾ ਕਿ ਆਉਣ ਵਾਲਾ ਸਮਾਂ ਜਿਹੜਾ ਵਾ ਸਾਡੇ ਪੰਜਾਬ ਵਾਸਤੇ ਵੀ, ਕਿਉਂਕਿ 70 ਸਾਲ ਹੋ ਗਏ ਸਾਡੇ ਦੇਸ਼ ਨੂੰ ਆਜ਼ਾਦ ਹੁੰਦਿਆਂ। ਤੁਹਾਨੂੰ ਕੀ ਲੱਗਦਾ, ਦਿੱਲੀ ਦਿਖਾ ਕੇ ਪੰਜਾਬ ਜਿੱਤ ਸਕਦੇ ਆਪਾਂ? ਬਿਲਕੁਲ ਜੀ, ਜੇ ਗੁਜਰਾਤ ਵਿਖਾ ਕੇ ਮੋਦੀ ਸਾਹਿਬ PM ਬਣ ਸਕਦੇ ਨੇ ਤਾਂ ਅਸੀਂ ਦਿੱਲੀ ਵਿਖਾ ਕੇ ਪੰਜਾਬ ਨਾਲ ਜਿੱਤ ਸਕਾਂਗੇ ਜੀ। ਸਾਨੀ ਸਾਹਿਬ, BJP ਇਸ ਵੇਲੇ ਤੁਹਾਨੂੰ ਕੀ ਲੱਗਦਾ, ਹਵਾ BJP ਦੇ ਰੁੱਖ 'ਚ ਹੈ ਕਿ ਜਾਂ BJP ਦੇ ਖਿਲਾਫ਼ ਚੱਲ ਰਹੀ ਹੈ? ਦੇਖੋ ਜੀ, ਹਵਾ ਦਾ ਤਾਂ ਰੁੱਖ ਦੱਸੇਗਾ ਆਪਣਾ ਆਉਣ ਵਾਲਾ ਸਮਾਂ ਜੀ। ਜਿਹੜਾ ਬੰਦਾ ਪੇਪਰ ਦਿੰਦਾ, ਹਰ ਬੰਦਾ ਕਹਿੰਦਾ ਮੈਂ ਬੜੇ ਚੰਗੇ ਸਵਾਲ ਕੀਤੇ ਨੇ ਜੀ, ਮੈਂ ਬਿਲਕੁਲ ਪਾਸ ਹਾਂ ਜੀ। ਇਹ ਐਗਜ਼ਾਮਿਨਰ ਨੇ, ਇਹ ਵੋਟਰਾਂ ਨੇ ਦੱਸਣਾ ਕੌਣ ਪਾਸ ਅਤੇ ਕੌਣ ਫੇਲ। ਇੱਕ ਗੱਲ ਜੀ, ਦੂਸਰੀ ਗੱਲ ਸਭ ਤੋਂ ਵੱਡੀ ਇਹ ਹੈ ਬਈ ਅੱਜ ਦੀ ਡੇਟ 'ਚ ਤੁਸੀਂ ਸਾਰੇ ਪੱਤਰਕਾਰ ਭਰਾ ਮੇਰੇ ਬੈਠੇ ਨੇ, ਅਜ਼ੀਜ਼ ਨੇ, ਇਹ ਦੱਸਣ ਬਈ ਪੰਜਾਬ ਵਿੱਚ ਕਿਧਰੇ ਵੀ ਚੰਗੀ ਮੁਹਾਰ ਦਿਸੀ ਹੈ? ਪੰਜਾਬ 'ਚ ਕਿਸੇ ਸ਼ਹਿਰ 'ਚ ਜੋ ਇਹਨਾਂ ਕੀਤਾ, ਪਹਿਲੇ ਇਕਨੋਮਿਕਲੀ ਇੱਕ ਪੁਰਾਣੇ ਲਾਲਿਆਂ ਦੇ ਖਜ਼ਾਨੇ ਨਹੀਂ ਸੀ ਹੁੰਦੇ, ਇਹ ਰਾਜਿਆਂ ਦੇ ਖਜ਼ਾਨੇ ਨਹੀਂ ਸੀ ਹੁੰਦੇ ਵੀ ਜਿਹੜੇ ਭਰ ਕੇ ਦੇ ਕੇ ਦੂਜੇ ਰਾਜ ਨੂੰ ਜਾਂਦਾ ਸੀ ਦੂਜਾ ਰਾਜ। ਸਾਨੀ ਸਾਹਿਬ, 2 ਸਾਲ 'ਚ ਤਾਂ ਨਹੀਂ ਹੋਇਆ, ਪਹਿਲਾਂ ਵੀ ਤਾਂ ਤੁਹਾਡੀ ਸਰਕਾਰ ਸੀ। ਮੈਂ ਕਿਹਾ ਜੀ, ਪਹਿਲੇ ਕਿੰਨਾ ਕੁਝ ਹੋਇਆ ਤੁਹਾਡੇ ਸਾਹਮਣੇ ਹੈ, ਕਿਹੜੀ ਚੀਜ਼ ਨਹੀਂ ਹੋਈ ਜੀ। ਜੇ ਆਪਣਾ 2-ਲੇਨ ਸੜਕ ਤੋਂ ਲੈ ਕੇ 6-ਲੇਨ 8-ਲੇਨ ਸੜਕਾਂ ਹੋਈਆਂ ਨੇ ਜੀ, ਅੱਜ ਜਦ ਤੱਕ ਮੁਲਕ ਸੂਬਾ
ਉਹ ਸ਼ਹਿਰ ਤਰੱਕੀ ਨਹੀਂ ਕਰ ਸਕਦਾ ਜਦ ਤੱਕ ਉਹਦੀ ਕੋਈ ਕਮਿਊਨੀਕੇਸ਼ਨ ਠੀਕ ਨਹੀਂ ਜੀ। ਅੱਜ ਅਸੀਂ ਗੱਲ ਕਰਦੇ ਹਾਂ ਬਟਾਲੇ ਆਪਣੇ ਦੀ ਕਰ ਲਓ ਜੀ 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 ਜੀ। ਅਰਬਨ ਸਟੇਟ ਤੋਂ ਸ਼ਹਿਰ ਤੱਕ ਜਾਣਾ ਜੀ ਅਤੇ ਮੈਨੂੰ 20 ਤੋਂ 25 ਮਿੰਟ ਲੱਗ ਜਾਂਦੇ ਨੇ। ਜੇ ਅਰਬਨ ਸਟੇਟ ਤੋਂ ਨਿਕਲ ਕੇ ਸ਼ਹਿਰ ਦੇ ਅੰਦਰ ਮੈਂ ਵੜ ਨਹੀਂ ਸਕਦਾ, ਕੋਈ ਸੜਕ ਕੋਈ ਐਸੀ ਹੈ ਸਾਨੀ ਸਾਹਿਬ? ਇਹ ਸਮੱਸਿਆ ਕਾਂਗਰਸ ਸਰਕਾਰ ਤੋਂ ਬਾਅਦ ਹੀ ਆਈ ਹੈ, ਪਹਿਲਾਂ ਹੈਗੀ ਸੀ ਜਾਂ ਨਹੀਂ? ਮੈਂ ਛੋਟੀ ਗੱਲ 'ਤੇ ਨਹੀਂ ਰੁਕਿਆ ਜੀ ਜੀ। ਮੇਰਾ ਮੁੱਦਾ ਕਹਿਣ ਦਾ ਹੈ ਵੀ ਸੜਕਾਂ ਦੇ ਕੇ ਅੱਜ ਇਹ ਸੜਕਾਂ ਜੋ ਬਣੀਆਂ ਨੇ ਪੰਜਾਬ ਸਰਕਾਰ ਦੀ ਦੇਣ ਨਹੀਂ ਜੀ, ਇਹ ਸੈਂਟਰਲ ਗੌਰਮੈਂਟ ਦੀ ਦੇਣ ਹੈ। ਇਹ ਸੈਂਟਰਲ ਗੌਰਮੈਂਟ ਨਰਿੰਦਰ ਜੀ ਮੋਦੀ ਦੀ ਜੋ ਸਰਕਾਰ ਹੈ ਉਹਨਾਂ ਨੇ ਇਹ ਦੇਣ ਦਿੱਤੀ ਹੈ। ਇਹ ਸਾਡੇ ਪਹਿਲੇ ਅਟਲ ਬਿਹਾਰੀ ਵਾਜਪੇਈ ਜੀ ਨੇ ਸ਼ੁਰੂ ਕੀਤਾ ਸੀ, ਉਹਦੇ ਨਾਲ ਇਹ ਹੋਇਆ ਸੀ ਵੀ ਲੋਕਾਂ ਦੀ ਆਵਾਜਾਵੀ ਸੁਗਮ ਹੋ ਗਈ ਸੀ। ਉਸ ਵੇਲੇ ਅਟਲ ਬਿਹਾਰੀ ਵਾਜਪੇਈ ਜੀ ਨੇ ਕਿਹਾ ਸੀ ਵੀ ਮੈਂ ਪਾਣੀ ਵੀ ਸਾਰੇ ਇਕੱਠੇ ਕਰਨੇ ਜੀ, ਤੁਹਾਨੂੰ ਯਾਦ ਹੋਣਾ। ਉਸੇ ਸਾਰੀਆਂ ਚੀਜ਼ਾਂ ਕਿਉਂ ਇਕੱਠੀਆਂ ਕਰਨੀਆਂ ਸਨ? ਉਹਨਾਂ ਨੂੰ ਪਾਣੀ ਇਕੱਠੇ ਕਰਕੇ ਉਹਨਾਂ ਕੋਲ ਨਹਾਉਣਾ ਨਹੀਂ ਸੀ। ਪਾਣੀ ਇਕੱਠੇ ਹੋਣ ਨਾਲ ਨਾ ਤਾਂ ਕਿਤੇ ਸੁੱਕਾ ਪਏਗਾ ਅਤੇ ਨਾ ਕਿਤੇ ਫਲੱਡ ਆਏਗਾ। ਬਹੁਤ ਬਹੁਤ ਬੀਜੇਪੀ ਦੇ ਕੰਮ ਨੇ ਜੀ, ਬੀਜੇਪੀ ਦੇ ਕੰਮ ਜਨਤਾ ਦੀ ਤਕੜੀ ਦੇ ਵਿੱਚ ਹੁਣੇ ਤੋਲਨੇ ਜੀ। ਸਾਡੇ ਨਾਲ ਲੋਕ ਇਨਸਾਫ ਪਾਰਟੀ, ਲੋਕ ਇਨਸਾਫ ਪਾਰਟੀ ਸਿਰਫ ਲੁਧਿਆਣੇ ਤੱਕ ਸੀਮਤ ਹੈ ਕਿ ਜਾਂ ਉਹ ਅੱਗੇ ਵੀ ਵਧੀ ਹੈ? ਅਤੇ ਜੇ ਤੁਸੀਂ ਸਮਝਦੇ ਹੋ ਵੀ ਅੱਗੇ ਵੀ ਵਧੀ ਹੈ ਤਾਂ ਕਿਹੜੇ ਕੰਮਾਂ ਕਰਕੇ ਤੁਹਾਡੇ ਨਾਲ ਜੁੜਨਗੇ ਲੋਕ? ਸਭ ਤੋਂ ਪਹਿਲਾਂ ਮੈਂ NRI ਚੈਨਲ ਦਾ ਧੰਨਵਾਦ ਕਰਦਾ ਅਤੇ ਵਧਾਈ ਦਿੰਦਾ ਕਿ ਸਾਡੇ ਬਟਾਲੇ ਵਿੱਚ ਰਿਸ਼ਪਾਲ ਜੀ ਤੁਸੀਂ ਇਹ ਲੈ ਕੇ ਆਏ, ਬਹੁਤ ਬਹੁਤ ਧੰਨਵਾਦ ਤੁਹਾਡਾ। ਦੂਜੇ ਨੰਬਰ 'ਤੇ ਮੈਂ ਬੇਨਤੀ ਕਰਦਾ ਕਿ ਸਾਰੀਆਂ ਪਾਰਟੀਆਂ ਕਹਿੰਦੀਆਂ ਅਸੀਂ ਵਿਕਾਸ ਬਹੁਤ ਕੀਤਾ, ਮੈਨੂੰ ਇੱਕ ਗੱਲ ਦੱਸੋ ਕਿ ਪੂਰੇ ਪੰਜਾਬ ਦੇ ਵਿੱਚ ਇੱਕ ਨਸ਼ੇ ਦੀ ਲਹਿਰ ਚੱਲ ਗਈ, ਛੇਵਾਂ ਦਰਿਆ ਵਗ ਗਿਆ, ਮੈਨੂੰ ਦੱਸ ਦਿਓ ਕਿਹੜੇ ਲੀਡਰ ਨੇ ਚਿੱਟਾ ਫੜ ਕੇ ਲਾਈਵ ਕੀਤਾ ਅੱਜ ਤੱਕ? ਚਿੱਟਾ ਕਿਹੜੇ ਨੇ ਕੀਤਾ? ਬੈਂਸ ਬ੍ਰਦਰ, ਉਹਨਾਂ ਚਿੱਟਾ ਲਾਈਵ ਕਰਕੇ ਸਾਹਮਣੇ ਪਰਚਾ ਦਵਾਇਆ ਕਮਿਸ਼ਨਰ ਕੋਲ ਜਾ ਕੇ, ਪੁੱਛੋ ਕਿ ਇਹਨੂੰ ਕੋਈ ਝੂਠ ਹੈ ਤਾਂ ਫਿਰ ਦੱਸੋ। ਚਲੋ ਸਵਾਲ ਆ ਗਿਆ ਜੀ, ਅੱਗੇ ਗੱਲ ਆ ਗਈ ਭ੍ਰਿਸ਼ਟਾਚਾਰੀ ਦੀ, ਰਿਸ਼ਵਤ ਦੀ। ਰਿਸ਼ਵਤ ਫੜ ਕੇ ਪਰਚਾ ਦਵਾਇਆ ਭਾਵੇਂ ਕਿਸੇ ਵੀ ਉੱਚ ਅਧਿਕਾਰੀ ਦਾ ਜਿਹੜਾ ਮਰਜ਼ੀ ਹੋਏ, ਨਹੀਂ ਦਵਾਇਆ ਤਾਂ ਦੱਸੋ। ਹਾਂਜੀ, ਕਾਂਗਰਸ ਦਾ ਰਾਜ ਹੈ ਜੀ, ਕਾਂਗਰਸ ਦੀ ਸਰਕਾਰ ਹੈ, ਇਲਜ਼ਾਮ ਬੜੇ ਡਾਢੇ ਨੇ, ਕੀ ਕਹਿਣਾ ਤੁਹਾਡਾ ਜੀ? ਨਸ਼ਾ ਜਿਹਨੂੰ ਤੁਸੀਂ ਕਹਿੰਦੇ ਕਿ ਖਤਮ ਹੋ ਗਿਆ ਔਰ ਉਹ ਨਸ਼ਾ ਲਾਈਵ ਫੜ ਰਹੀ ਹੈ ਲੋਕ ਇਨਸਾਫ ਪਾਰਟੀ। ਰਿਸ਼ਪਾਲ ਜੀ, ਦੇਖੋ ਸਰਕਾਰ ਜਿਹੜੀ ਹੈ ਉਹਦਾ ਸਾਰੀ ਪਬਲਿਕ ਵਾਸਤੇ ਕੰਮ ਕਰਨ ਦਾ ਤਰੀਕਾ ਹੁੰਦਾ, ਨਾ ਕਿ ਇੱਕ ਬੰਦੇ ਨੂੰ ਫੜ ਕੇ ਅਸੀਂ ਟੀਵੀ 'ਤੇ ਨਹੀਂ ਵਿਖਾ ਸਕਦੇ। ਅਸੀਂ ਸਮੂਹ ਪੰਜਾਬ ਦੇ ਨੌਜਵਾਨਾਂ ਵਾਸਤੇ ਸਾਡੀ ਸਰਕਾਰ ਕੰਮ ਕਰ ਰਹੀ ਹੈ, ਸਾਰੀ ਦੁਨੀਆ ਨੂੰ ਪਤਾ, ਇਹਨਾਂ ਦੀ ਪਾਰਟੀ ਨੂੰ ਵੀ ਪਤਾ ਕਿ ਪੰਜਾਬ ਕਿਸ ਹਾਲਾਤ ਵਿੱਚ ਡਰੱਗਸ ਦੇ ਵਿੱਚ ਡੁੱਬਾ ਪਿਆ ਸੀ ਔਰ ਉਦੋਂ ਉਸ ਤੋਂ ਪਹਿਲਾਂ ਇਹਨਾਂ ਦੇ ਲੀਡਰਾਂ ਦਾ ਇਤਿਹਾਸ ਵੀ ਇੱਕੋ ਜਿਹਾ ਅਕਾਲੀ ਦਲ ਦੇ ਨਾਲ ਹੀ ਹੁੰਦੇ ਸਨ ਔਰ ਉਦੋਂ ਇਹ ਕੀ ਕਰਦੇ ਸੀ। ਅੱਜ ਸਾਡੀ ਸਰਕਾਰ 'ਤੇ ਇਲਜ਼ਾਮ ਨਹੀਂ ਲਾ ਸਕਦੇ, ਸਾਡੀ ਸਰਕਾਰ ਨੇ ਬਹੁਤ ਨਸ਼ੇ ਦੇ ਖਿਲਾਫ਼ ਕੰਮ ਕੀਤਾ ਹੈ, ਬਹੁਤ ਹੱਦ ਤੱਕ ਅਸੀਂ ਨਸ਼ੇ ਨੂੰ ਕੰਟਰੋਲ ਕਰ ਚੁੱਕੇ ਹਾਂ, ਬਹੁਤ ਸਾਰੇ ਨੌਜਵਾਨਾਂ ਦੀ ਜਾਨ ਬਚ ਗਈ ਹੈ ਔਰ ਨੇੜ ਭਵਿੱਖ ਦੇ ਵਿੱਚ ਸਾਡੀ ਪਾਰਟੀ ਹੋਰ ਵੀ ਨਸ਼ੇ ਦੇ ਜਵਾਬ ਅਸੀਂ ਇਹਦਾ ਸਵਾਲ ਜਿਹੜਾ ਅਸੀਂ ਨੇਤਾਵਾਂ ਕੋਲੋਂ ਨਹੀਂ ਜਨਤਾ ਕੋਲ ਇੱਕ ਵਾਰੀ ਪੁੱਛ ਲੈਂਦੇ ਹਾਂ ਜੀ। ਤੁਹਾਨੂੰ ਲੱਗਦਾ ਜੀ ਕਿ ਨਸ਼ੇ 'ਤੇ ਨਕੇਲ ਕੱਸੀ ਗਈ ਹੈ? ਮੇਰਾ ਸਵਾਲ ਜਿਹੜਾ ਪਹਿਲਾਂ ਤਿੰਨਾਂ ਪਾਰਟੀਆਂ ਦੇ, ਕਾਂਗਰਸ ਔਰ ਆਮ ਆਦਮੀ ਪਾਰਟੀ ਔਰ ਲੋਕ ਸਭਾ ਪਾਰਟੀ, ਸਭ ਤੋਂ ਪਹਿਲਾਂ ਹੰਸਪਾਲ ਜੀ ਨੇ ਇੰਨੀ ਗੱਲ ਕਹੀ ਹੈ ਕਿ ਅਸੀਂ ਨਸ਼ੇ 'ਤੇ ਵਰਕ ਕਰਨ ਡੇ, ਕੀ ਨਸ਼ੇ 'ਤੇ ਵਰਕ ਕਰਨ ਡੇ? ਕੱਲ੍ਹ ਅਖਬਾਰ ਵਿੱਚ ਕਹਾਇਆ ਸੀ ਕਿ ਓਵਰਡੋਜ਼ ਨਾਲ ਇੱਕ ਲੜਕੇ ਡੈਥ ਹੋ ਗਈ, ਰੋਜ਼ ਆ ਰਿਹਾ। ਜਿੱਦਾਂ ਕਿ ਗੱਲ ਕਰਦੇ ਆ ਕਿ ਕਿਆ ਅੱਜ ਲੋਕ ਸਭਾ 'ਚ ਜਾ ਕੇ ਇਲੈਕਸ਼ਨ ਲੜਨ ਜਾ ਰਹੀਆਂ ਸਾਰੀਆਂ ਪਾਰਟੀਆਂ, ਕਿਉਂ ਵੋਟ ਪਾਉਣਗੇ ਜੀ ਲੋਕਾਂ ਨੂੰ? ਕਿਆ ਨਰਿੰਦਰ ਮੋਦੀ ਦੀ ਸਰਕਾਰ ਦੇ ਅੰਦਰ ਕੋਈ ਘੁਟਾਲਾ ਹੋਇਆ? ਜਿਹੜੀ ਕਾਂਗਰਸ ਘੁਟਾਲੇ ਸੀ, ਰੋਜ਼ ਜਲਦੀ ਸਵੇਰੇ ਉੱਠਦੇ ਸੀ, ਇੱਕ ਘੁਟਾਲਾ ਆਉਂਦਾ ਸੀ। ਕਿਆ ਕਿਸੇ ਨੇ ਅਖਬਾਰ 'ਚ ਪੜ੍ਹਿਆ ਕਿ ਨਰਿੰਦਰ ਮੋਦੀ ਦੀ ਸਰਕਾਰ ਦੇ ਕੇ ਮੰਤਰੀਆਂ ਕੋਈ ਘੁਟਾਲਾ ਕੀਤਾ? ਕਿਉਂ ਨਹੀਂ ਵੋਟ ਪਾਉਣਗੇ ਲੋਕ ਮੋਦੀ ਜੀ ਨੂੰ? ਆਪਣੇ ਸ਼ਹਿਰੀ ਭਾਅ ਜੀ ਜਿਹੜੇ ਆਪਣੇ ਭਰਾ ਨੇ, ਇਹਨਾਂ ਨੇ ਆਮ ਆਦਮੀ ਪਾਰਟੀ ਵਾਲੇ ਗੱਲ ਕਹੀ ਹੈ ਕਿ ਬਹੁਤ ਤੇਜ਼ੀ ਨਾਲ ਉਹਨਾਂ ਦਾ ਗ੍ਰਾਫ ਉੱਪਰ ਗਿਆ, ਪਰ ਇਹ ਗੱਲ ਇਹਨਾਂ ਨੇ ਨਹੀਂ ਕਹੀ ਕਿ ਬਹੁਤ ਤੇਜ਼ੀ ਨਾਲ ਉਹ ਥੱਲੇ ਆ ਗਿਆ। ਜੀ ਬਿਲਕੁਲ ਬਿਲਕੁਲ, ਬਹੁਤ ਤੇਜ਼ੀ ਨਾਲ ਥੱਲੇ ਗਿਆ ਪਹਿਲਾਂ ਇੱਕ ਵਾਰੀ ਆਮ ਆਦਮੀ ਪਾਰਟੀ ਵੱਲੋਂ, ਕਿਉਂਕਿ ਗੱਲ ਜਿਹੜੀ ਹੈ ਜਰਾ ਖਤਰਨਾਕ ਹੋ ਗਈ, ਬਹੁਤ ਤੇਜ਼ੀ ਨਾਲ ਕਹਿੰਦੇ ਥੱਲੇ ਆਏ, ਕੀ ਕਾਰਨ? ਮੈਂ, ਮੇਰਾ ਬਹੁਤ ਹੀ ਸਤਿਕਾਰਯੋਗ ਮੇਰਾ ਵਿਨੇ ਭਰਾ, ਮੈਂ ਇਹਨਾਂ ਨੂੰ ਇੱਕ ਗੱਲ ਕਹਿਣੀ ਚਾਹੁੰਦਾ, ਜੇ ਤੇਜ਼ੀ ਨਾਲ ਗ੍ਰਾਫ ਥੱਲੇ ਆਇਆ ਆਉਂਦਾ ਕਿਹਦਾ ਜਿਹੜਾ ਇੱਕ ਵਾਰੀ ਚੜ੍ਹਦਾ ਵੀ ਹੈ? ਸਾਡੇ 'ਚ ਕੁਝ ਇਹੋ ਜਿਹੜੇ ਇੱਧਰੋਂ ਉੱਧਰੋਂ ਪਾਰਟੀਆਂ 'ਚੋਂ ਭ੍ਰਿਸ਼ਟ ਜਿਹੜੇ ਲੀਡਰ ਆਏ ਸੀ ਉਹ ਵਾਪਸੀ ਚਲੇ ਗਏ। ਹੁਣ ਜਵਾਬ ਪਹਿਲਾਂ ਸੁਣ ਲਓ, ਫਿਰ ਗੱਲ ਕਰਿਓ, ਨਹੀਂ ਜਾਂ ਉਦੋਂ ਕਹਿ ਦਿੰਦੇ ਸਵਾਲ ਪੂਰਾ ਕਰਨਾ ਹੈ। ਜਵਾਬ ਪਹਿਲਾਂ ਸੁਣ ਲਓ, ਜਵਾਬ ਪਹਿਲਾਂ ਸੁਣ ਲਓ, ਉਹ ਇਮਾਨਦਾਰ ਹੋ ਗਿਆ।
ਜਿਹੜਾ ਦੂਜੀ ਪਾਰਟੀ 'ਚ ਭ੍ਰਿਸ਼ਟਾਚਾਰ ਹੈ ਉਹ ਤੁਹਾਡੀ ਪਾਰਟੀ 'ਚ ਆ ਕੇ ਮੰਨਦਾ। ਚਲੋ ਮੈਂ ਵਿਨੇ ਜੀ ਤੁਹਾਡੀ ਗੱਲ ਨਾਲ ਸਹਿਮਤ ਹਾਂ, ਮੈਨੂੰ ਇਹ ਦੱਸੋ ਮੋਦੀ ਨੇ ਕਿਹਾ ਤਾਂ ਵਾਪਸੀ ਲੈਣ ਦਾ 15 ਲੱਖ ਰੁਪਈਆ ਜਿਹੜਾ ਲੋਕਾਂ ਨੂੰ ਕਿਹਾ ਸੀ ਉਹ ਅਕਾਊਂਟਾਂ 'ਚ ਪ੍ਰਾਪਤ ਹੈ? ਕਿਉਂ ਤੁਸੀਂ ਹਰ ਵਾਰੀ ਲੋਕਾਂ ਨੂੰ ਮੂਰਖ ਬਣਾਉਂਦੇ ਹੋ? ਕਿਉਂ ਬਣਾਉਂਦੇ ਹੋ? ਕਿਉਂ ਲੋਕਾਂ ਨੂੰ ਮੂਰਖ ਬਣਾਉਂਦੇ ਹੋ ਹਰ ਵਾਰੀ? ਮੈਨੂੰ ਇੱਕ ਗੱਲ ਦੱਸੋ, ਮੈਨੂੰ ਇਹ ਦੱਸੋ ਜਿਹੜੇ ਅੰਬਾਨੀ ਅੰਡਾਨੀ ਜਿਹੜੇ ਜਿਨ੍ਹਾਂ ਦੀ ਪ੍ਰਾਪਰਟੀਆਂ ਕਿੰਨੀਆਂ ਵੱਧ ਚੁੱਕੀਆਂ, ਕੀ ਉਹਨਾਂ ਦਾ ਹਿਸਾਬ ਲਿਆ ਕਿ ਜੀ? ਅੱਜ ਕਿਸਾਨ, ਮੈਂ ਕਿਹਾ ਕਿਸਾਨਾਂ ਦੀ ਗੱਲ, ਕਿਸਾਨ ਤਰਲੇ ਮਾਰ ਰਹੇ ਨੇ, ਇਹਨਾਂ ਨੂੰ ਪੁੱਛੋ ਕੀ ਕੀਤਾ। ਹਾਂਜੀ ਹਾਂਜੀ ਹਾਂਜੀ, ਕਿ ਉਹ ਦੱਬ ਕੇ ਜਵਾਬ ਦੇ ਸਕੇ ਆ? ਇਹੀ ਹਿਸਾਬ ਆ ਕਿ 15-15 ਹਜ਼ਾਰ ਆ ਗਿਆ ਜੇ ਸਾਡੇ ਫੌਜੀ ਜਿਹੜੇ ਆ ਪੂਰੇ ਦਮ ਦੇ ਨਾਲ ਪਾਕਿਸਤਾਨ ਨਾਲ ਲੜੇ ਆ। ਜੇ ਇਹ ਗੱਲ ਸਾਡੇ ਨਾਲ ਕਰੇ ਜਦੋਂ ਸ਼ਰੀਰ ਆਮ ਪਾਰਟੀ ਦੇ, ਮੈਂ ਸਵਾਲ ਇਹ ਹੈ ਕਿ ਆਪਾਂ 15 ਲੱਖ ਦੀ ਗੱਲ ਕਰਦੇ ਹਾਂ ਜੀ, ਕੀ ਕਦੀ ਪਬਲਿਕ ਦਾ ਸੋਚਿਆ ਆਪਾਂ 60-70 ਸਾਲ ਦੇਸ਼ ਦੀ ਆਜ਼ਾਦੀ ਨੂੰ ਹੋ ਗਏ, 18 ਕਰੋੜ ਗੈਸ ਕਨੈਕਸ਼ਨ ਜਿਨ੍ਹਾਂ ਮਾਵਾਂ ਦੇ ਘਰ ਚੁੱਲ੍ਹਾ ਬਲਿਆ, ਜਿਹੜੀਆਂ ਫੂਕਾਂ ਮਾਰ ਮਾਰ ਕੇ ਰੋਜ਼ ਦਿਹਾੜੀ ਸਾਹ ਦੀ ਬਿਮਾਰੀ ਨਾਲ, ਅਸਥਮੇ ਦੀ ਬਿਮਾਰੀ ਨਾਲ ਜੂਝਣ ਡੀਆਂ, ਕੀ ਇਹ ਦੱਸੋਗੇ ਕਿ 70 ਸਾਲ ਦੇ ਬਾਅਦ ਦੇਸ਼ ਦੇ ਅੰਦਰ ਮੁਦਰਾ ਯੋਜਨਾ ਦੇ ਅੰਦਰ ਕਿੰਨੇ ਕਰੋੜ ਰੁਪਈਆ ਗਰੀਬ ਆਦਮੀ ਨੂੰ ਲੋਨ ਦੇ ਰਾਹੀਂ ਕੰਮ ਕਰਨ ਵਾਸਤੇ ਇਸ ਸਰਕਾਰ ਨੇ ਦਿੱਤਾ, ਮੋਦੀ ਸਰਕਾਰ? ਕੀ ਇਹ ਦੱਸੋਗੇ ਵੀ ਕੀ 15 ਲੱਖ ਦੀ ਗੱਲ ਕਹਿ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹੋ? ਮੈਨੂੰ ਇਹ ਦੱਸੋ ਗੈਸ ਕਨੈਕਸ਼ਨ, ਇਸ ਤੋਂ ਇਲਾਵਾ ਮੈਨੀਫੈਸਟੋ ਵਾਦਾ ਕੀਤਾ ਉਹਦਾ ਜਵਾਬ ਦੇ ਰਿਹਾ, ਰੋਜ਼ਗਾਰ ਮਹੱਈਆ ਕਰਾ ਕੇ। ਸਵਾਲ ਛੋਟਾ ਰੱਖੋ, ਚਾਰ ਸਰਜੀਕਲ ਸਟਰਾਈਕਾਂ ਕੀਤੀਆਂ, ਚਾਹੇ ਏਅਰ ਸਟਰਾਈਕ ਹੋਵੇ, ਚਾਹੇ ਸਰਜੀਕਲ ਸਟਰਾਈਕ ਹੋਏ, ਚਾਹੇ ਮਹਿਮਾਨ ਸਟਰਾਈਕ ਹੋਏ, ਚਾਹੇ ਸੈਨਿਕ ਸਟਰਾਈਕ ਹੋਏ, ਅੱਜ ਦੇਸ਼ ਦੇ ਅੰਦਰ ਸਾਰੀਆਂ ਜੇ ਨਹੀਂ ਹੋਣ ਆਮ ਪਾਰਟੀ ਦੀ ਵੀਰ, ਜੇ ਮੈਂ ਕਹਿੰਦਾ, ਮੈਂ ਵੀਰ ਸ਼ਾਰੀ ਕੱਲ੍ਹ ਸਿੰਘ ਨੂੰ ਦੱਸਣਾ ਚਾਹੁੰਦਾ ਵੀ ਜੇ ਤੁਹਾਡੀ ਇੰਨੀ ਹੋਂਦ ਹੈ, ਜੇ ਆਮ ਪਾਰਟੀ ਦੀ ਇੰਨੀ ਹੋਂਦ ਹੈ, ਸਾਰੇ ਕਾਂਗਰਸ ਦੇ ਘਰ ਜਾ ਕੇ ਗੁੱਟਣੇ ਡੇਗਣ ਡੇ ਹੋ, ਅਜੇ ਤੱਕ ਤੁਸੀਂ ਦਿੱਲੀ 'ਚ ਕੈਂਡੀਡੇਟ ਹੋ? ਜੀ ਜੀ ਬਿਲਕੁਲ, ਤੁਸੀਂ ਕਹਿ ਰਹੇ ਹੋ 15 ਲੱਖ ਰੁਪਈਆ ਝੂਠ ਬੋਲ ਰਹੇ ਹੋ, ਬਿਲਕੁਲ ਕੋਈ ਸਬੂਤ ਹੈਗਾ ਵੀ ਕਾਂਗਰਸ ਜਿਹੜੀ ਆ ਤਰਲੇ ਮਾਰ, ਆਮ ਆਦਮੀ ਪਾਰਟੀ ਜਿਹੜੀ ਸਾਨੀ ਸਾਹਿਬ ਤਰਲੇ ਮਾਰ, ਸਾਨੀ ਸਾਹਿਬ ਸਾਨੀ ਸਾਹਿਬ ਤੋਂ ਬਾਣਾ ਚਾਹੁੰਦੇ ਨੇ ਹੰਗੀ ਕੇਜਰੀਵਾਲ ਸਾਹਿਬ ਨੇ ਚੋਣ ਮੈਨੀਫੈਸਟੋ ਦਾ ਬੀਜੇਪੀ ਦਾ, ਉਹਦੇ ਵਿੱਚ 15 ਲੱਖ ਦਾ ਕਿਉਂ ਮੈਂਸ਼ਨ, ਉਹਦੇ ਵਿੱਚ ਘੜ ਘੜ ਨੌਕਰੀ ਕਿਉਂ ਕਹੀ ਗਈ? ਔਰ ਮੈਨੂੰ ਇਹ ਦੱਸੋ ਜੇ ਅਸੀਂ ਗੱਲ ਕਰ ਨਹੀਂ ਸਕਦੇ ਤੇ ਉਹ ਚੋਣ ਮੈਨੀਫੈਸਟੋ ਦੇ ਵਿੱਚ ਠੰਡਾ ਕੀਤਾ ਜਾਵੇ, 2 ਮਿੰਟ ਵਾਸਤੇ, ਬਿਲਕੁਲ ਜਿਵੇਂ ਕਿਹਾ ਗਿਆ ਸੀ ਅਮੀਰ ਨੇ, ਉਹ ਅਮੀਰ ਤੋਂ ਅਮੀਰ ਹੋ ਗਏ, ਸਾਡੀ ਬੀਜੇਪੀ ਸਰਕਾਰ ਦੀਆਂ ਵਧਾਈਆਂ ਨੇ। ਮਹਾਜਨ ਸਾਹਿਬ ਸਾਨੀ ਸਾਹਿਬ ਨੂੰ ਜੀ, ਸਾਨੀ ਸਾਹਿਬ ਗੱਲ ਹੈ, ਡਿਬੇਟ ਤਾਂ ਤੁਹਾਡੇ ਨਾਲ ਸੀਗੀ, ਡਿਬੇਟ ਉੱਧਰ ਹੋ ਗਈ ਗੱਲ ਹੈ। ਇੱਕ ਭਾਈ ਜੀ ਮੇਰੇ ਛੋਟੇ ਵੀਰ ਨੇ ਗੱਲ ਚੁੱਕੀ ਹੈ ਜੀ, ਇੱਕ ਗੱਲ ਕਿਸੇ ਦੇ ਹੱਥ 'ਚ ਕੋਈ ਚੀਜ਼ ਆ ਜਾਏ ਤੇ ਉਹਦਾ ਦੇਖਦੇ ਜੀ, ਜੇ ਇਹ ਚਾਰ ਜਮਾਤਾਂ ਵੀ ਪੜ੍ਹੇ ਨੇ ਹਾਂਜੀ ਹਾਂਜੀ, ਮੈਨੂੰ ਇੱਕ ਦੱਸ ਦੇਣਾ ਕਦੀ ਵੀ ਕੋਈ ਸਰਕਾਰੀ ਫੰਡ 'ਚੋਂ ਕਿਸੇ ਫੰਡ 'ਚ ਰੁਪਈਆ ਟ੍ਰਾਂਸਫਰ ਹੋਇਆ ਜੀ? ਇਹਨਾਂ ਨੇ ਬਣਾ ਲਿਆ ਇੱਕ ਝੂਠ ਨੂੰ, 100 ਬੰਦੇ ਝੂਠ ਬੋਲਦੇ ਰਹੇ, ਕਿਸੇ ਬੰਦੇ ਨੇ ਚੰਗਾ ਭਲਾ ਬੱਕਰੀ ਲੈ ਲਈ ਅਤੇ ਘਰ ਜਾਂਦਾ ਸੀ, 4 ਠੱਗ ਅੱਗੇ ਮਿਲ ਗਏ, ਉਹਨੂੰ ਕਹਿਣ ਕੁੱਤਾ ਕਿੱਥੋਂ ਲੈ, ਅਲਟੀਮੇਟਲੀ ਕਰਦੇ ਕਰਦੇ ਜਦ ਤੱਕ ਉਹ ਘਰ ਪਹੁੰਚਿਆ ਨਹੀਂ ਸਮਝਿਆ ਤਾਂ ਕੁੱਤਾ ਹੀ ਲੈ ਆਇਆ, ਯਾਰ ਮੈਂ ਠੱਗਿਆ ਕਿਉਂ, ਉਹਨੇ ਬੱਕਰੀ ਛੱਡ ਦੀ, ਠੱਗ ਬੱਕਰੀ ਲੈ ਕੇ ਤੁਰ ਗਏ। ਇਹ ਉਹੋ ਜਿਹੀ ਗੱਲਾਂ ਕਰਨ ਡੇ ਨੇ, ਕੋਈ ਇਹ ਗੱਲਾਂ ਨਹੀਂ। ਦੇਖੋ ਗੱਲਾਂ ਉਹ ਹੈ ਜਿਹੜੀਆਂ ਠੋਸਤਾ ਦੀਆਂ ਗੱਲਾਂ, ਇੱਕ 15 ਲੱਖ ਦੀ ਆਈਟਮ ਨੂੰ ਗੱਲ ਚੁੱਕ ਕੇ ਅਤੇ ਕਾਂਗਰਸ ਦੀ ਬਣਾਈ ਦੀ ਇੱਕ ਚੀਜ਼ ਅੱਗੇ ਲਿਆਉਂਦੀ। ਮੈਨੂੰ ਇੱਕ ਦੱਸੋ, ਕੋਈ ਵੀ ਬੰਦਾ ਜਿਹੜਾ 10 ਜਮਾਤਾਂ ਵੀ ਪੜ੍ਹਿਆ ਦਾ, ਤੁਸੀਂ ਆਪਣੇ ਪੈਸੇ ਜਮ੍ਹਾਂ ਸਰਕਾਰ ਦੇ ਕਰਾ ਕੇ ਕਢਾ ਸਕਦੇ ਹੋ? ਸਰਕਾਰ ਕਿਹੜੇ ਖਾਤੇ 'ਚ ਪੈਸੇ ਜਮ੍ਹਾਂ ਕਰਾ ਸਕਦੀ ਜੀ? ਬਿਲਕੁਲ, ਇਨਕਮ ਟੈਕਸ ਦੇਣ ਆਪਾਂ ਕਰਾ ਸਕਦੇ, ਬਹੁਤ 15 ਲੱਖ ਦਾ, 15 ਲੱਖ ਦਾ ਮਤਲਬ ਮੈਂ 15 ਲੱਖ ਦਾ ਤੁਹਾਨੂੰ ਮਤਲਬ ਸਮਝਾਉਣਾ ਗੱਲ ਹੈ ਪਾਲ ਜੀ ਜੀ, ਗੱਲ ਹੈ, ਮੇਰੀ ਬੇਨਤੀ ਸਵੀਕਾਰ ਕਰੋ ਜੀ ਜੀ ਜੀ, ਬਿਲਕੁਲ, ਇੱਕ ਮਿੰਟ ਗੱਲ ਸੁਣ ਲਓ,
जी लाला लाला एक मिनट विनय कर दे भी गल कर दे रिशपाल जी आप सारे सवालों के जवाब लवेंगे मेहमान इतने ही नहीं कि गए नहीं गए दो मिनट जरा सुन लीजिए जी मतलब दूजा भी तिखा जा काइंड होता जी 15 लाख तो वध जेड़ा दे दिता जी ये आज आप कह दिए राहुल गांधी ने अनाउंस कर दिता 72,000 रुपया सालाना जी मैं दांगा हर बंदे जी बिल्कुल सानी साहब जी छोटी जी 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 भाई आज जे असी 2,000 रुपया बंदे 6,000 रुपया एक जिमीदार नू सालाना देन च 83 लाख करोड़ रुपया लगना जी ये इन्ना को बड़ा बोझ कोई चुक सकता इन्होंने कह दिता जी नौकरियां घर घर देनियां जी जी कांग्रेस कांग्रेस तैयार रहे जी ये सवाल कांग्रेस दा है कोई बंदा सोचता नहीं है जी ये कोई मोदी जी का नारा नहीं सी मोदी जी का नारा बड़ा क्लीयर कट और आज भी वो ही है असी नारा नहीं बदलिया सानी साहब ये दसा जावे मोदी साहब दे नारे दे विच जां चोण मैनीफेस्टो सी जदों सरकार आई सी उहदे विच की सी ना तो उहदे विच किते नोटबंदी का जिक्र सी ना GST का जिक्र सी ना किते लैणा च लगण का जिक्र सी ना लोकां दे घर खाली करन का जिक्र सी इह क्यों होया इक मेरी गल सुणो जी नोटबंदी लाणी बड़ी इक जरूरी चीज बन गई जी जी जो तुसीं पुराना इतिहास खोलो जी जी सन 1972 विच वी नोटबंदी वास्ते फाइल बन के प्राइम मिनिस्टर दी टेबल ते गई जी उसे श्रीमती इंदिरा गांधी प्राइम मिनिस्टर सन उन्होंने चुके पार्टी च रखिया कहंदी कल नू इलैक्शन लड़ना जे ते नहीं लड़ना इहनू परे रख दे फाइल पर हुण इलैक्शन आ गई इन्होंने क्यों कीता कांग्रेस दी हुण थोड़ा जिहा कांग्रेस दी गल करनी कोई गल सवाल करदी है कांग्रेस गल है कोई जिससे शेर लंघदा ना ਬੜੇ ਢੋਲ ਡਰਾਮੇ ਵੱਜਦੇ ਉਹ ਆਪਣੀ ਮਸਤੀ ਤੁਰਿਆ ਜਾਂਦਾ ਦਾ ਹਾਥੀ ਮਸਤੀ ਤੁਰਿਆ ਜਾਂਦਾ ਲਓ ਜੀ ਸ਼ੇਰ ਲੰਘ ਰਿਹਾ ਜੇ ਢੋਲ ਧਮਾਕੇ ਵੱਜ ਰਹੇ ਨੇ ਵੱਜ ਕੇ ਦੀ ਲੋ ਰਹੇ ਨੇ ਕਿਹੜੇ ਪਾਸੇ ਸਵਾਲ ਕਰਾਂਗਾ ਮੇਰੇ ਸੁਣੋ ਇਹ ਬਾਬੇ ਨਾਨਕ ਦੀ ਪਵਿੱਤਰ ਨਗਰੀ ਆ ਹਾਂਜੀ ਮੈਨੂੰ ਇੱਕ ਗੱਲ ਦੱਸ ਦਿਓ ਇੱਥੇ ਸਾਡੇ ਪ੍ਰਧਾਨ ਸਾਹਿਬ ਵੀ ਵਿੱਚੇ ਬੈਠੇ ਆ ਹਾਂਜੀ ਲੋਕ ਇਨਸਾਫ ਪਾਰਟੀ ਮੈਨੂੰ ਦੱਸ ਦਿਓ ਕਿੰਨੀ ਡਿਵੈਲਪਮੈਂਟ ਪ੍ਰਧਾਨ ਜੀ ਨੇ ਬਟਾਲੇ ਕਰਵਾਈ ਦੱਸੋ ਜੀ 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 ਚਲੋ 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 ਕੋਈ ਗੱਲ ਨਹੀਂ ਜੀ ਫਿਰ ਮੈਂ ਗੱਲ ਕਰਦਾ ਬਹੁਤ ਵਧੀਆ ਸਵਾਲ ਕੀਤਾ ਮੈਂ ਬਹੁਤ ਵਧੀਆ ਸਵਾਲ ਚੁੱਕਿਆ ਮੈਂ ਕਹਾਂਗਾ ਬਹੁਤ ਵਧੀਆ ਸਵਾਲ ਸੁਣਨ ਦਾ ਮਾਦਾ ਰੱਖੋ ਉਹ ਸੁਣਨ ਦਾ ਤੇ ਮਾਦਾ ਰੱਖੋ ਬੱਲਾ ਘੜੀ ਪਿੱਛੋਂ ਵਿੱਚ ਨਾ ਵੜੋ ਬੜਾ ਵਧੀਆ ਸਵਾਲ ਕੀਤਾ ਮੈਂ ਕਹਿੰਦਾ ਵੀ ਬੜਾ ਜਵਾਬ ਦਿਆਂਗਾ ਜੇ ਤੇ ਕੱਲੇ ਨੇ ਖੱਬ ਪਾਣੀ ਕਰ ਸੁਣਨ ਦਾ ਠੀਕ ਤਾਂ ਨਹੀਂ ਸੁਣਨ ਦਾ ਵੀ ਤੁਸੀਂ ਇਹਨੂੰ ਪੁੱਛ ਲਓ ਪਹਿਲੇ ਇਹ ਕੀ ਜਾਂਦਾ ਪਹਿਲੇ ਇਹਨੂੰ ਪੁੱਛ ਲਓ ਇਹ ਬਹੁਤਾ ਬੋਲਾ ਇਹ ਹਾਰਤਾ ਕੜਛੀ ਮਾਰਦਾ ਮੈਂ ਦੱਸ ਕੀ ਕੜਛੀ ਵਜਾ ਸਵਾਲ ਆ ਬੜਾ ਵਧੀਆ ਵੀਰ ਨੇ ਸਵਾਲ ਕੀਤਾ ਮੈਂ ਅੱਜ ਵੀ ਐਲਾਨੀਆ ਕਹਿਣਾ ਮੈਂ ਕੰਮ ਗਣਾਵਾਂਗਾ ਗਣਾਉ ਕੈਂਪ ਤੋਂ ਚੱਲਵੋ ਚੱਲਵੋ ਕੈਂਪ ਦੇ ਅੰਦਰ ਸਾਰੀਆਂ ਸੜਕਾਂ ਬਣਾਈਆਂ ਗਲੀਆਂ ਬਣਾਈਆਂ ਹੋਣ ਬਣਾਈਆਂ ਮੇਨ ਸੜਕ ਰਹਿ ਗਈ ਇਕੱਲੀ ਅਗਲੇ ਪਾਸੇ ਗੁਰੂ ਨਾਨਕ ਨਗਰ LED ਲਾਈਟਾਂ ਲਾਈਆਂ ਵਡਾਲੇ ਸ਼ਹਿਰ 'ਚ ਪਹਿਲੀ ਵਾਰੀ ਲੱਗੀ ਆ ਜੇ ਨਹੀਂ ਲੱਗੀਆਂ ਤਾਂ ਮੈਂ ਅਸਤੀਫਾ ਦੇ ਦੂੰ ਤਿਆਰ ਆ ਸੜਕ ਦੇ ਉੱਤੇ LED ਲਾਈਟਾਂ ਪਾਉਂਦੀਆਂ ਜੇ ਅੱਖਾਂ ਬੰਦ ਕਰਕੇ ਨਹੀਂ ਖੋਲ ਕੇ ਵੇਖੋ ਮੈਂ ਮੌਕਾ ਜੋ ਵੀ ਮਹੱਲੇ ਦੇ ਅੰਦਰ ਲਾਈਆਂ ਬਾਹਰ ਸਾਰਾ ਏਰੀਆ ਬਣਾਇਆ ਇੱਕ ਮਿੰਟ ਕਿਤੇ ਸੜਕ ਨਹੀਂ ਗੱਲ ਸੁਣ ਲਓ ਭਲਾ ਜੀਵਰੇ ਨਹੀਂ ਸਹੀ ਇੱਕ ਰੁਪਈਆ ਕਮੇਟੀ ਦਾ ਅੱਜ ਕੋਈ ਕਮੇਟੀ ਦੀ ਬਲ ਨਹੀਂ ਲੱਗੀ ਤਿਆਰ ਆ ਭਰੀ ਸਮਝ ਕੇ ਨੂੰ ਤਿਆਰ ਆ ਅੱਜ ਦਾਅਵੇ ਕੀਤੇ ਜਾਂਦੇ ਨੇ ਰਿਸ਼ਪਾਲ ਜੀ ਸੜਕਾਂ ਦੇ ਉਦਘਾਟਨ ਕੀਤੇ ਜਾਂਦੇ ਨੇ ਫਕੀਸ਼ੇਸ ਲੋਕਾਂ ਜਿਹੜੀ ਮਰਜ਼ੀ ਦਾਅਵੇ ਕੀਤੇ ਜਾਂਦੇ ਨੇ ਇੱਕ ਰੁਪਈਆ ਪੰਜਾਬ ਸਰਕਾਰ ਦੀ ਗਰਾਂਟਰੀ ਆਈ ਪੱਤਰਕਾਰ ਬਰਾਦਰੀ ਬੈਠੀ ਹੈ ਇਹਨਾਂ ਨੇ 12 ਕਰੋੜ ਇਹਨਾਂ ਨੇ 8 ਕਰੋੜ ਨਗਰੀ ਦੇ ਲਈ 2.5 ਕਰੋੜ ਅਖਬਾਰਾਂ ਛਾਪਿਆ ਇੱਕ ਰੁਪਈਆ ਪੰਜਾਬ ਸਰਕਾਰ ਨੇ ਕਮੇਟੀ ਉਡਾਇਆ ਕਿ ਬਾਬੇ ਨਾਨਕ ਦੀ ਪਵਿੱਤਰ ਨਗਰੀ ਦੀ ਗੱਲ ਕੀਤੀ ਹੈ ਇੱਕ ਮਿੰਟ ਤਰਨ ਸਾਹਿਬ ਗ੍ਰੈਂਡ ਸਾਹਿਬ ਸਾਡੀ ਕੱਲੀ ਡਿਵੈਲਪਮੈਂਟ ਤਰਨ ਸਾਹਿਬ ਤਰਨ ਸਾਹਿਬ ਹਰ ਅੰਬਰਾ ਜੀ ਸਾਨੀ ਅੰਬਰਾ ਕਲੋਨੀ ਨੂੰ ਖਾ ਦੋ ਸਾਨੀ ਸਾਡੀ ਗੱਲ ਕਰ ਕੇ ਰੱਖ ਦਿੱਤਾ ਸਾਨੀ ਸਾਹਿਬ ਇੱਕ ਮਿੰਟ ਇੱਕ ਮਿੰਟ ਬਿਲਕੁਲ ਗੱਲ ਹੈ ਜੀ ਜੀ ਆਪਾਂ ਜਿਹੜਾ ਨਾ ਗੁੰਮਰਾਹ ਕੀਤਾ ਜਾ ਰਿਹਾ ਜਨਤਾ ਨੂੰ ਗੁੰਮਰਾਹ ਕੀਤਾ ਜਾ ਰਿਹਾ ਪੰਜਾਬ ਦੀ ਜਨਤਾ ਨੂੰ ਗੁੰਮਰਾਹ ਕੀਤਾ ਜਾ ਰਿਹਾ ਮਹਾਜਨ ਸਾਹਿਬ ਆਪਣੇ ਆਪਣੇ ਨੇਤਾ ਜੀ ਤੇ ਸੁਣ ਲਈਏ ਸਾਨੀ ਸਾਹਿਬ ਦੀ ਜਨਤਾ ਨੂੰ ਗੁੰਮਰਾਹ ਕੀਤਾ ਜਾ ਰਿਹਾ ਅਸੀਂ ਜਿਸ ਪੁਆਇੰਟ ਤੋਂ ਤੁਰੇ ਆ ਪ੍ਰਤਿਭਾ ਭੈਣ ਜੀ ਤੁਸੀਂ ਦੱਸੋ ਰੁਕ ਜਾ ਯਾਰ ਇੱਕ ਮਿੰਟ ਰੁਕ ਜਾ ਸ਼ੁਰੂ ਦਮ ਲੈ ਇਹ ਇੱਕ ਮਿੰਟ ਕਰੋ ਬੋਝ ਗੱਲ ਗੱਲ ਹੈ ਉਹ ਸੀਰੀਅਸ ਇਹ ਅਸੀਂ ਡਿਬੇਟ ਕਰਨੀ ਹੈ ਜੀ ਜੀ ਤੁਸੀਂ ਪਹਿਲੇ ਜਿਹੜੇ ਆਪਣੇ ਇਨੋਗਰਲ ਸਪੀਚ ਵਿੱਚ ਦੱਸਿਆ ਸੀ ਜੀ ਜੀ
debate should be on a point. बिल्कुल बिल्कुल point दे. Whatsoever point is there, we should go according to that. देखो local मुद्दा municipal committee जाते हो दी वक्री का लेकर लो सरना. अच्छी को दी लेके आ रहा. ये सानी साहब ने गल की कि लोकसभा के मुद्दों आप सिर्फ एक दो बंद ही सारी डिबेट फोकस नहीं करते नहीं गल भी शामिल हो जदवीर सवाल एक सवाल तुम थोड़ा जि ठंड से रखो पानी पैयो जिद दो मिनट का सवाल जरा जी मेरे कांग्रेस को मैं एक चीज़ पूछनी चाहना जी जो तुम विधानसभा की इलैक्शन जीती सी तो गुटका साहब जरा हाथ च फड़ के वो सहु खाधी सी हूँ लोकसभा की इलैक्शन आ गई है और दा जरा कांग्रेस का और फिर पंजाब जरा कैप्टन के उत्ते ही है कि वह सोचते कि कैप्टन जित आ देगा मैं अकाली दल को जानना चाहना कि उदों तो इन्होंने कसम खाधी सी गुटका साहब की कसम पूरी निभाई कि नहीं निभाई एक दसना दूजा जो हूँ इन्हों मौका मिले तो हूँ कि सौ खाने जब तो लोग यकीन करेंगे गुटका साहब चले नहीं गए गुटका साहब आज भी आगे ने सानी साहब मेरी गल सुन लो मैं इन्होंने जवाब दे लगा कांग्रेस पार्टी वालों सब तो वड्डी बेअदबी की इन्होंने गुटका साहब गुरबाणी की हथ फड़ के जी ने झूठिया कसम खा के पंजाब के लोगों को गुमराह किया इस तो वड्डी बेअदबी इन्हां लोगों ने कांग्रेसियों ने नहीं की पंजाब दे नाल बाकी दूजी गल जी तुम कह रहे हो भी हूँ कैप्टन साहब के किस वादे के उत्ते या किस सहु के उत्ते लोग विश्वास करन ते लोकसभा चोणां जिहड़ियां पंजाब दे विच जित सकन इह मैनूं लगदा रूसा चाची की सहु खा लैण पंजाब वासी शायद उत्ते विश्वास कर लैणगे भी हूँ कैप्टन साहब नहीं भज्जण क्योंकि चाची की फिक्र चाचे ज्यादा हाँ जी हाँ जी अरूसा दी कहिंदे जे सौ खा लेंगे तो फिर शायद ना मुकरन जिन्नी वड्डी इतिहास की सब तो वड्डी बेअदबी जे किसी ने की है तो अकाली दल बादल ने की है जी संरक्षण प्राप्त लोकसभा जुड़े ने अपा जो सवाल सवाल पब्लिक को भी लवेंगे जी सब तो पहला नीरज जी कोई नीरज भाजी का एक सवाल की कहना चाहते सवाल ला लो वीर जी मेरे मेरी कांग्रेस पार्टी ते बीजेपी मेरी बीजेपी सरकार ते कांग्रेस ते दोनों पार्टियां तो एक सवाल आ जदों बीजेपी सरकार दे विच नहीं सी GST का मुद्दा कांग्रेस पार्टी लैके आई तो उदों मतलब उदियां लत्तां खिंचियां जांदियां सी जदों सत्ता दे विच बीजेपी सरकार आई तो उहदे नाल वध GST ला के ते लोगों नूं परोस दित्ता गया मैं उहदे बारे जानना चाहुंदा वां जी जी सानी साहब बिल्कुल जी गल है GST जी इंट्रोडक्शन कीती सी कांग्रेस ने जी जी कांग्रेस अपने तौर पर जिस तरह है करनी पाई जी GST नूं लिया के लाया हर चीज़ जी ये मेरे भाई साहब भी समझे होंगे भी आप जिस सड़क तो लंघना होंगे सड़क लंघदे 100 टुडे लगते हैं जी जिस सड़क बन जाती है उसके बाद पता लगता की सुख है जी ये उस लोगों नूं GST कहूआ बना के दिखाई गई सी जी अज मैनू कोई बंदा दसे GST के खिलाफ हिंदुस्तान एक भी बंदा जी अज किन्ने साल हो गए GST नूं लगे हो गए 10 साल 2 साल च इन्ने रिफॉर्म किए ने GST क्यों ना लगे एक बंदा दिल्ली तो चलता पंजाब च होर रेट है हरियाणे च होर रेट है दिल्ली च होर रेट है अगे गाजियाबाद होर रेट है सानी साहब GST के मुद्दे ते GST के मुद्दे ते व्यापारी तुहाडे नाल खड़े ने ऐसे सारा मैं GST के मुद्दे ते गल करना चाहना इंट्रोडक्शन कराई ही सरदार मनमोहन सिंह ने एक मिनट GST नू हिंदुस्तान च इंट्रोड्यूस कराया सरदार मनमोहन सिंह ने फेट इक्वलाइजेशन की पॉलिसी खत्म की सरदार मनमोहन सिंह ने नोटबंदी की गल करते हैं नोटबंदी के
अजे तक नहीं उठे कोई बंदा भी ये गल कह दे कि मैं परेशान होया वा वो बिल्कुल सरासर झूठ है सिर्फ तो सिर्फ वो बंदे परेशान होए ने जिहड़े ब्लैक मार्केटिंग करदे ने खुद एक व्यापारी हाँ कपड़े का काम करता जीएसटी सानू पहली बेनती सुनो जीएसटी लगी पहली बारी सानू लगी जीएसटी पहली बारी पर जो गल है आपां काम सारे जाने डेवलपमेंट दे टैक्स कोई नहीं देना चाहता हाँ जी ਤੁਹਾਨੂੰ ਕਿਸ ਗੱਲ ਦੀ ਜੀਐਸਟੀ ਤੋਂ ਪਛਾਣੀ ਹੋ ਤੁਹਾਡਾ ਕਿਹੜਾ ਵਪਾਰ ਜੀਐਸਟੀ ਤੋਂ ਬੰਦ ਹੋ ਗਿਆ ਮੈਨੂੰ ਦੱਸੋ ਜੇ ਉਤਰਾ ਹੀ ਨਹੀਂ ਕੋਈ ਚੱਲਦਾ ਤਾਂ ਗੱਲ ਵੱਖਰੀ ਮੈਂ ਕਹਿੰਦਾ 1 ਮਿੰਟ ਇਹਦੀ ਗੱਲ ਸਮਝੋ ਸਾਰੇ ਮੇਰੇ ਜੀਐਸਟੀ ਕਰਕੇ ਬੰਦ ਨਹੀਂ ਹੋਇਆ ਜਿਆਦਾ ਕੰਮ ਮੈਂ ਵਪਾਰੀ ਆ ਮੇਰਾ ਮੇਰੀ ਗੱਲ ਸੁਣੋ ਇੱਧਰ ਤਰੀਕਾ ਸਰ ਗੱਲ ਦਾ ਕੀ ਗੱਲ ਜੀਐਸਟੀ ਲਾਉਣ ਦਾ ਤਰੀਕਾ ਮੇਰੀ ਗੱਲ ਸੁਣੀ ਜੀ 1 ਮਿੰਟ ਪਹਿਲਾਂ ਇੱਧਰ ਮੈਂ ਦੇਣਾ ਜਵਾਬ ਜੀ ਸਾਡੇ ਕਾਰੋਬਾਰ ਬੰਦ ਹੋ ਗਏ ਨੇ ਮਾਲਟੂ ਜੀ ਟੈਸਟ ਹਾਂਜੀ ਹਾਂਜੀ ਜੀ ਅਸੀਂ ਜੀ ਤੁਸੀਂ ਮੈਨੂੰ ਮਰਨ ਕਰਨਾ ਇੱਧਰ ਧਿਆਨ ਦਿਓ ਗਰੀਬ ਵਰਗ ਵੀ ਚਾਹੁੰਦਾ ਵਾ ਤੇ ਤਗੜੇ ਵੀ ਚਾਹੁੰਦੇ ਨੇ ਪਰ ਜੇ ਤੁਸੀਂ ਟੈਕਸ ਲੈਂਦੇ ਹੋ ਤੇ ਉਹੋ ਜੀਆਂ ਸਹੂਲਤਾਂ ਵੀ ਦਿਓ ਉਦੋਂ ਕਿਉਂ ਭੱਜਦੇ ਹੋ ਜੀ ਜੀ ਇੱਕ ਮਿੰਟ ਇਹਨਾਂ ਇਹਨਾਂ ਦੇ ਉੱਪਰ 2 ਸਾਲ ਦੇ ਵਿੱਚ ਲੋਕ ਇਨਸਾਫ ਪਾਰਟੀ ਤੁਹਾਡਾ ਕੀ ਕਹਿਣਾ ਜੀ ਮੇਰਾ ਕਹਿਣਾ ਇਹ ਹੈ ਕਿ ਤੁਸੀਂ ਦੂਰ ਨਾ ਜਾਓ ਬਟਾਲੇ ਦੀ ਫੈਕਟਰੀਆਂ 'ਚ ਆ ਜਾਓ ਕਿੰਨੀਆਂ ਬੰਦ ਹੋਈਆਂ 2 ਸਾਲਾਂ 'ਚ ਟੋਟਲ ਕਰ ਲਓ ਟੋਟਲ ਕਰ ਲਓ ਜੀ ਟੋਟਲ ਕਰ ਲਓ ਸਦੀ ਕਿਹੜੀ ਫੈਕਟਰੀ ਚੱਲੀ ਜੀ ਅੱਧੀ ਸਦੀ ਤੋਂ ਵੱਧ ਇੱਕ ਸਾਨੂੰ ਮਾਈਕ ਦੇ ਦੇ ਸਭ ਤੋਂ ਵੱਧ ਸਾਡੀ ਆਵਾਜ਼ ਬਾਹਰ ਤੱਕ ਨਹੀਂ ਜਾਂਦੀ ਮਾਈ ਸਾਹਿਬ ਇੱਕ ਮਿੰਟ ਮਾਈ ਸਾਹਿਬ ਬੀਜੇਪੀ ਦਾ ਸਭ ਤੋਂ ਵੱਧ ਇੰਡਸਟਰੀ ਦਾ ਨੁਕਸਾਨ ਕੀਤਾ ਸਭ ਤੋਂ ਵੱਧ ਸਭ ਤੋਂ ਵੱਧ ਇੰਡਸਟਰੀ ਬਟਾਲੇ ਦੀ ਇੰਡਸਟਰੀ ਦਾ ਨੁਕਸਾਨ ਕੀਤਾ ਹੋ ਉਸ ਸ਼ਖਸ ਨੇ ਕੀਤਾ ਜਿਹੜਾ ਰਿਟਾਇਰ ਤੋਂ ਸਫਾਈ ਕਰ ਲੋ ਬਟਾਲੇ ਦਾ ਚੰਗੀ ਤਰ੍ਹਾਂ ਸਫਾਈ ਕਰ ਲੋ ਜਿਹੜਾ ਦੇਖ ਰਹੇ ਜਾਂ ਵੀ ਲੁੱਟ ਲੋ ਤੁਸੀਂ ਚੈਨਲ ਟੀਵੀ ਦੇ ਮੈਂ ਬਟਾਲੇ ਦਾ ਨੁਕਸਾਨ ਲੋਧੀ ਨੰਗਲ ਸਾਹਿਬ ਪੱਟਾਂ ਨੂੰ ਹੱਥ ਮਾਰ ਕੇ ਕਹਿੰਦੇ ਸੀ ਆ ਜਾਓ ਜਿੱਥੇ ਡਿਬੇਟ ਕਰਨੀ ਹੈ ਮੇਰੀ ਗੱਲ ਸੁਣੋ ਸੇਖੜੀ ਸਾਹਿਬ ਨੂੰ ਤੁਸੀਂ ਬੁਲਾਇਆ ਸੀ ਮੈਨੂੰ ਸੂਤਰਾਂ ਅਨੁਸਾਰ ਪਤਾ ਲੱਗਾ ਇੱਥੇ ਕਿਉਂ ਨਹੀਂ ਬੜੇ ਕਿਉਂਕਿ ਜਵਾਬ ਨਹੀਂ ਹੋਣਾ ਲੋਧੀ ਨੰਗਲ ਸਾਹਿਬ ਕਿੱਥੇ ਨੇ ਲੋਕ ਜਵਾਬ ਲੈ ਰਹੇ ਗੱਲ ਮਹਿਲਾਵਾਂ ਦੇ ਵਿਸ਼ੇਸ਼ ਦੀ ਹਿੱਕ ਦੇ ਵਿੱਚ ਗੋਲੀ ਵੱਜਦੀ ਹੈ ਤਾਂ ਕਿਸੇ ਮਾਂ ਦੇ ਪੁੱਤ ਦੀ ਹਿੱਕ 'ਚ ਵੱਜਦੀ ਹੈ ਔਰ ਇਸੇ ਤਰ੍ਹਾਂ ਜੇ ਮਾਵਾਂ ਦਾ ਭੈਣਾਂ ਦਾ ਜਿਹੜਾ ਉਹਨਾਂ ਦਾ ਸਮਾਜ ਦੇ ਵਿੱਚ ਸਮਾਜ ਦੀ ਉੱਨਤੀ 'ਚ ਬਰਾਬਰ ਦਾ ਯੋਗਦਾਨ ਹੁੰਦਾ ਸਾਡੀਆਂ ਭੈਣਾਂ ਵੀ ਸਾਡੇ ਨਾਲ ਜੁੜੀਆਂ ਨੇ ਅਸੀਂ ਇਹਨਾਂ ਦੇ ਕੋਲੋਂ ਵੀ ਪੁੱਛਦੇ ਜੀ ਤੁਹਾਡਾ ਇਹਨਾਂ 3 ਪਾਰਟੀਆਂ 4 ਪਾਰਟੀਆਂ ਜਿਹੜੀਆਂ ਸਾਹਮਣੇ ਖੜੀਆਂ ਨੇ ਕੀ ਕਹਿਣਾ ਚਾਹੁੰਦੇ ਸਵਾਲ ਹੋਣਾ ਜੀ ਅਸੀਂ ਇਹਦੇ ਵਿੱਚ ਕੋਈ ਲੈਕਚਰ ਜਾਂ ਬਹਿਸ ਨਹੀਂ ਹੋਏਗੀ ਸਵਾਲ ਦੱਸੋ ਇਹਨਾਂ 'ਚੋਂ ਕਿਹਦੇ ਨਾਲ ਪੁੱਛਣਾ ਚਾਹੁੰਦੇ ਸਭ ਤੋਂ ਪਹਿਲਾਂ ਸਾਨੂੰ ਇਹ ਦੱਸੋ ਮੋਦੀ ਨੂੰ ਪਹਿਲਾਂ ਇਲੈਕਸ਼ਨਸ ਦੇ ਵਿੱਚ ਦਿੱਤਾ ਉਹਨਾਂ ਨੂੰ ਜਿਤਾਇਆ ਇੱਥੇ ਬਟਾਲੇ ਦੇ ਵਿੱਚ ਲੋਧੀ ਨੰਗਲ ਸਰ ਜਿੱਤੇ ਲੇਕਿਨ ਅਸੀਂ ਅੱਜ ਤੱਕ ਬਟਾਲੇ ਦੇ ਵਿੱਚ ਉਹਨਾਂ ਨੂੰ ਦੇਖਿਆ ਨਹੀਂ ਹੈ ਕਿ ਕਿੱਥੇ ਉਹ ਕੰਮ ਕਰ ਰਹੇ ਆ ਸਾਨੂੰ ਨਹੀਂ ਪਤਾ ਔਰ ਬਟਾਲੇ ਦੇ ਵਿੱਚ ਕਿੱਥੇ ਵਿਕਾਸ ਹੋਇਆ ਠੀਕ ਹੈ ਕਲੋਨੀ ਚ ਕੰਮ ਹੋ ਰਿਹਾ ਤੇ ਅੱਜ ਸਾਰੇ ਲੀਡਰ ਕਹਿੰਦੇ ਪਏ ਕਿ ਮੈਂ ਕੀਤਾ ਮੈਂ ਸਾਨੂੰ ਸਮਝ ਨਹੀਂ ਆਉਂਦੀ ਮੈਂ ਬਿਲਕੁਲ ਕਹਾਂਗੇ
जवाब दे भैन जी उन्होंने गल की लोधी नंगल साहब लोधी नंगल साहब हर दूजे दिन अपने दफ्तर च बैठ जो मर्जी तुम वेख सकते हो जाके दूजी गल कहते बटाले उन्होंने कभी मुद्दा नहीं चुकया 25 करोड़ रुपया 550 साल मिलाने लिए गुरु नानक देव जी की जी हारी आ 25 करोड़ रुपया पंजाब कैप्टन साहब ने किया जारी लोधी नंगल साहब ने ऑन रिकॉर्ड कर लिया ऑफ द रिकॉर्ड गल नहीं कर रहा मैं विधान सभा का रिकॉर्ड जो मर्जी चैक करा लैन जी चुकया 90 करोड़ रुपया असं फिर एक बार सारे जे सवाल करने वाले साढ़े स्रोते साढ़े दर्शक ने असं फिर कह रहे कि मुद्दा लोग सभा जुड़िया हुआ लोग इन्हां पार्टियां नूं वोट क्यों पाउणगे क्यों चुणगे अकाली दल बीजेपी गठजोड़ नूं वोट क्यों पएगी लोक इंसाफ पार्टी नूं वोट क्यों पाणगे आम आदमी पार्टी नूं लोक क्यों वोट पाणगे और कांग्रेस पार्टी नूं क्यों पाणगे सवाल सिर्फ इहदे तक ही केंद्रित होवे तां ज़्यादा वधिया क्योंकि लोक सभा का मुद्दा है रही गल बटाले के उपर चर्चा की इन्हों के कामों की चर्चा की आप स्पैशल डिबेट रखा असं इन्ने के जने नहीं होवे बहुत भरिया होगा पूरे बटाले के हर एक एमसी बुलावांगे डिबेट करा बैटर करा बहुत जबरदस्त करा गल कर जा रहा इन्होंने वीर पुछ लो जिन्हों मर्जी पुछ लो दस देन भी अभिनंदन वापस क्यों परत्या मैं तो एक गल दसा मैंने तुम सारे ही उलझ के रह गए हो इस वे मौजूदा सरकार है जिन्हों की कांग्रेस की कांग्रेस वाली मैं सवाल कांग्रेस पार्टी से पूछे जाने चाहिए सी कोई पूछता ही नहीं पिया हाँ जी मेरा सवाल कांग्रेस तो है अज मैं सारे लोगों ने गल पूछना चाहना जिम्मे मालटू जी ने कहा जिम्मे एक मिनट यार जिम्मे हेलो वीर जवाब तो लो यार गंदी राजनीति खेडी जवाब दे लगा वापस दसा क्यों परत्या इंडिया दे विच वापस दसा क्यों उन्हें भेजा गया पाकिस्तान वाले रोल ला पे सी भी कैप्टन साडी चाची नूं ना इत्थे नप के पए अभिनंदन भेज दो चाची बचालो इही मुद्दा है तो वध कुछ नहीं कहिंदा एक मिनट सवाल बहुत जबरदस्त है सवाल बहुत जबरदस्त है सवाल जबरदस्त है कैप्टन झूठे ने कैप्टन ने आप प्यार ना कैप्टन अभिमन्यु झूठ दिया पंडा कैप्टन पहले अकाली दल दे सब तो अगे सन दूजी गल कांग्रेस पार्टी
ਮਾਹੌਲ ਕਾਂਗਰਸ ਦਾ ਬਣ ਗਿਆ ਸਭ ਗਾਲੀ ਹੈ ਕੈਪਟਨ ਸਾਹਿਬ ਨੇ ਕੈਪਟਨ ਸਾਹਿਬ ਨੇ ਸਭ ਗਾਲੀ ਹੈ ਤੇ ਚਲੋ ਸਾਰੇ ਰਲ ਮਿਲ ਕੇ ਪੰਜਾਬ ਦੇ ਭਵਿੱਖ ਵਾਸਤੇ ਆਪਾਂ ਸਾਥ ਦਈਏ ਸੇਖੜੀ ਸਾਹਿਬ ਦਾ ਤੇ ਸੇਖੜੀ ਸਾਹਿਬ ਤੇ ਸੌਂਗੇ ਤੇ ਕੈਪਟਨ ਸਾਹਿਬ ਆਪਣੀਆਂ ਸੂਹਾਂ ਖਾ ਕੇ ਅਰੂਸਾਂ ਨੂੰ ਲੈ ਕੇ ਕਦੀ ਕਿਤੇ ਤੇ ਕਦੀ ਕਿਤੇ ਘੁੰਮਦੇ ਨੇ ਮੇਰਾ ਗੱਲ ਕਰਦਾ ਮੋਦੀ ਸਾਹਿਬ ਪਾਰਟੀ ਨੇ ਕੀ ਨਹੀਂ ਕੀਤਾ ਮੈਂ ਕਿਹਾ ਕੀਤਾ ਕੀ ਨਹੀਂ ਬੈਸ ਬ੍ਰਦਰ ਨੇ ਪੰਜਾਬ ਚ ਕੀ ਨਹੀਂ ਕੀਤਾ ਦੱਸੋ ਮੈਨੂੰ ਸਾਡੇ ਲੋਕ ਸਭਾ ਇਲੈਕਸ਼ਨ ਦਾ ਮੁੱਦਾ ਉਹ ਪ੍ਰਭਾਕਰ ਜੀ ਪ੍ਰਭਾਕਰ ਜੀ ਪ੍ਰਭਾਕਰ ਜੀ ਹੈਲੋ 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 ਬੇਨਤੀ ਕਰਨਾ ਵੀ ਸਾਰੇ ਪਹਿਲਾਂ ਬੜੇ ਵਧੀਆ ਜਿਹੇ ਤਰੀਕੇ ਨਾਲ ਸਾਰੇ ਸਵਾਲ ਦੱਸੋ ਸਵਾਲ ਸਾਰੇ ਨੁਮਾਇੰਦੇ ਸਾਰੇ ਨੁਮਾਇੰਦੇ ਸਾਰੇ ਨੁਮਾਇੰਦੇ ਸਵਾਲ ਸੁਣੋ ਜੀ ਪ੍ਰਭਾਕਰ ਜੀ ਦੇਖੋ ਇੱਥੇ ਬਹਿਸ ਹੋ ਰਹੀ ਆਪਾਂ ਆਪਣੇ ਕਾਲਜ ਨੂੰ ਵੋਟ ਪਾਉਣ ਦੀ ਠੀਕ ਹੈ ਹਰ ਮਾਂ ਨੂੰ ਆਪਣਾ ਹੀ ਪੁੱਤ ਪਿਆਰਾ ਹੁੰਦਾ ਠੀਕ ਹੈ ਦੂਸਰੀ ਗੱਲ ਬਈ ਇਹ ਜਿਹੜਾ ਮੁੱਦਾ ਸਾਡੇ ਹੁਣ ਸਕੂਲਾਂ ਦੇ ਵਿੱਚ ਇੰਨੀਆਂ ਠੱਗੀਆਂ ਡਾਕੇ ਮਾਰੇ ਨੇ ਸਕੂਲਾਂ ਦੇ ਜਿਹੜੇ ਸਕੂਲਾਂ ਦੇ ਮਾਲਕ ਨੇ ਕਦੀ ਕਿਸੇ ਸਰਕਾਰ ਨੇ ਮੁੱਦਾ ਉਠਾਇਆ ਸਰਕਾਰੀ ਹਸਪਤਾਲਾਂ ਦੇ ਵਿੱਚ ਛੜੇ ਆਮ ਸਰਕਾਰੀ ਹਸਪਤਾਲਾਂ ਦੇ ਵਿੱਚ ਛੜੇ ਆਮ ਹਰ ਬੰਦੇ ਦੇ ਨਾਲ ਧੱਕਾ ਹੋ ਰਿਹਾ ਬਿਲਕੁਲ ਸਭ ਨੂੰ ਪਤਾ ਭਾਵੇਂ ਉਹ ਕਿਸੇ ਵੀ ਪਾਰਟੀ ਦਾ ਨੁਮਾਇੰਦਾ ਹੈ ਜੋ ਸੱਚਾਈ ਹੈ ਮੈਂ ਕਿਸੇ ਦੇ ਪੱਖ ਦੀ ਗੱਲ ਨਹੀਂ ਜੇ ਕਰਦਾ ਇੱਕ ਮਿੰਟ ਚੁੱਪ ਕਰੋ ਤਰੇਨ ਸਾਹਿਬ ਇੱਕ ਮਿੰਟ ਤਰੇਨ ਸਾਹਿਬ ਇੱਧਰ ਜਵਾਬ ਦਿਓ ਇੱਧਰ ਦਿਓ ਮੇਰੀ ਗੱਲ ਸੁਣੋ ਜਿਹੜੀ ਇਲੈਕਸ਼ਨ ਦਾ ਮੁੱਦਾ ਇਸ ਵੇਲੇ ਜੋ ਮੁੱਦਾ ਹੈਗਾ ਜੀ ਲੋਕ ਸਭਾ ਦਾ ਮੁੱਦਾ ਬਹੁਤ ਵੱਡਾ ਇੱਕ ਮੁੱਦਾ ਚੁੱਕਿਆ ਵਿਜੇ ਪ੍ਰਭਾਕਰ ਵੱਲੋਂ ਸਾਰੇ ਪਾਰਟੀਆਂ ਦੇ ਨੁਮਾਇੰਦੇ ਸੁਣਿਓ ਐਜੂਕੇਸ਼ਨ ਦੀ ਕੋਈ ਗੱਲ ਨਹੀਂ ਕੀਤੀ ਸਿਹਤ ਸੇਵਾਵਾਂ ਨੂੰ ਲੈ ਕੇ ਕੋਈ ਸਵਾਲ ਨਹੀਂ ਹੈ ਹਾਂਜੀ ਸਿਹਤ ਸੇਵਾਵਾਂ ਨੂੰ ਲੈ ਕੇ ਕੀ ਕਹਿੰਦੇ ਆ ਲੜਾਈ ਝਗੜੇ ਬਾਹਰ ਬੜੋ ਜਾਗ ਛੱਡਦੇ ਜਿਹੜੇ ਲੜਨਾ ਬਾਅਦ ਚ ਲੜਨੇ ਆਹੋ ਬਾਕੀ ਮੇਰੀ ਗੱਲ ਠੀਕ ਹੈ ਮੈਂ ਸੱਚਾਈ ਇੱਕ ਗੱਲ ਮੈਂ ਵੇਖੋ ਸੱਚਾਈ ਦੀ ਗੱਲ ਕਰਨਾ ਕਿਸੇ ਲੀਡਰ ਨੂੰ ਮਾੜਾ ਚੰਗਾ ਨਹੀਂ ਕਹਿੰਦਾ ਮੈਂ ਪਹਿਲਾਂ ਵੀ ਇਹ ਗੱਲ ਕਹੀ ਆ ਹਰ ਮਾਂ ਨੇ ਆਪਣੇ ਪੁੱਤ ਨੂੰ ਸਲਾਹਣਾ ਕਿਸੇ ਨੂੰ ਦੇਣੀ ਦੂਜਾ ਨਹੀਂ ਲੈਣਾ ਠੀਕ ਹੈ ਵੋਟਾਂ ਜਿਹੜੀਆਂ ਪੈਣੀਆਂ ਜਿਹੜਾ ਜਿਹੜਾ ਪਾਰਟੀ ਜਸੀਰ ਨਾਲ ਲੱਗਾ ਉਹਨੇ ਉਹਦੀ ਮਦਦ ਕਰਨੀ ਕਿਸੇ ਭਾਵੇਂ ਝੂਠਾ ਹੈ ਭਾਵੇਂ ਗੰਦਾ ਹੈ ਭਾਵੇਂ ਮਾੜਾ ਭਾਵੇਂ ਚੰਗਾ ਸੱਚਾਈ ਹੈ ਠੀਕ ਹੈ ਤੀਸਰੀ ਗੱਲ ਐਡਾ ਵੱਡਾ ਮੁੱਦਾ ਹਰ ਸਾਲ ਅਸੀਂ ਉਠਾਉਂਦੇ ਹਾਂ ਸਾਰਾ ਸਮਾਜ ਦਾ ਜਿੰਨੇ ਇੱਥੇ ਲੋਕ ਬੈਠੇ ਨੇ ਸਭ ਦੇ ਬੱਚੇ ਸਕੂਲਾਂ ਵਿੱਚ ਜਾਂਦੇ ਨੇ ਧੱਕਾ ਸਭ ਨਾਲ ਹੋ ਰਿਹਾ ਕਿਸ ਪਾਰਟੀ ਦਾ ਬੰਦਾ ਜਿਹੜਾ ਧੱਕਾ ਨਹੀਂ ਹੋ ਰਿਹਾ ਠੀਕ ਹੈ ਅਮੀਰ ਪਰਵਾਹ ਨਹੀਂ ਕਰਦਾ 10,000 ਰੁਪਇਆ ਹੈਲੋ 20,000 ਹੈਲੋ ਜਿਹੜੀ ਤਕਲੀਫ ਉਹਨੂੰ ਵਿੱਚ ਹੁੰਦੀ ਆ ਉਹ ਮੁੱਦਾ ਨਹੀਂ ਚੁੱਕ ਸਕਦਾ ਕਿਉਂ ਜਿੰਨੇ ਸਕੂਲ ਨੇ ਜਿੰਨੇ ਪ੍ਰਾਈਵੇਟ ਹੋਸਪਿਟਲ ਨੇ ਸਭ ਮੰਤਰੀਆਂ ਐਮਐਲਏ ਦੇ ਨੇ ਲੀਡਰ ਦੇ ਹਾਈ ਪ੍ਰੋਫੈਸ਼ਨ ਲੀਡਰ ਉਹਨਾਂ ਦੇ ਕੋਈ ਸ਼ਿਕੰਜਾ ਇੱਕ ਦਿਮਾਗ ਨਹੀਂ ਕੱਸਿਆ ਨਾ ਵੀ ਕੱਸੋ ਦੀ ਜ਼ਰੂਰਤ ਕਰਦਾ ਰੱਖੋ ਸਕੂਲਾਂ ਦੀ ਗੱਲ ਕੀਤੀ ਆ ਪਿਛਲੇ ਦਿਨੀ 75,000 ਕਰੋੜ ਰੁਪਏ ਦਾ ਪੰਜਾਬ ਦੇ ਵਿੱਚ ਐਜੂਕੇਸ਼ਨ ਦੇ ਨਾਂ ਤੇ ਚੱਲ ਰਿਹਾ ਸਕੈਮ ਆ ਲਾਈਵ ਹੋ ਕੇ ਦੱਸਿਆ ਸਾਰਿਆਂ ਨੂੰ ਕੁਝ ਅਖਬਾਰਾਂ ਦੇ ਵਿੱਚੋਂ ਖਬਰਾਂ ਵੀ ਪ੍ਰਕਾਸ਼ਿਤ ਕੀਤੀ ਹੋਈਆਂ ਵਾ ਪਰ ਇਹ ਲੋਕ ਕਿਹੜੇ ਕਹਿ ਰਹੇ ਆ ਵੀ ਅਕਾਲੀ ਦਲ ਜਾਂ ਬੀਜੇਪੀ ਨੇ ਕਦੀ ਸਕੂਲਾਂ ਦਾ ਮਾਮਲਾ ਨਹੀਂ ਚੁੱਕਿਆ ਫਿਰ ਰਿਪੋਰਟ ਗੱਲ ਕੀਤੀ ਜਾਓ ਦੇਖੋ ਇੱਕ ਮਿੰਟ ਬੇਨਤੀ ਉਹ ਮੁੱਦਾ ਜਿਹੜਾ ਤੁਸੀਂ ਕਹਿੰਦੇ ਨਾ ਹਾਈ ਕੋਰਟ ਸਮੇਤ ਸੁਪਰੀਮ ਕੋਰਟ ਦੇ 20 ਸਾਲ ਪੁਰਾਣੇ ਅੱਡ ਹੋ ਗਏ ਨੇ ਇਹਨਾਂ ਬੱਚਿਆਂ ਦੀ ਨਹੀਂ ਐਡਮਿਸ਼ਨ ਨਹੀਂ ਦਿੱਤੀ ਉਹ ਚੁੱਕੇ ਦਾ ਕੀ ਮਾਮਲਾ ਜਹਾਨ ਨਹੀਂ ਹੋਣਾ ਡਿਬੇਟ ਨੂੰ ਡਿਬੇਟ ਹੀ ਰਹਿਣ ਦਿੱਤਾ ਜਾਵੇ ਹਾਂਜੀ ਆਮ ਆਦਮੀ ਪਾਰਟੀ ਜੀ ਜੀ ਸਾਨੀ ਸਾਹਿਬ ਆਪਾਂ ਤੁਰੇ ਆਂ ਪਾਰਲੀਮੈਂਟ ਤੋਂ ਆ ਗਏ ਸਕੂਲਾਂ ਤੇ ਭਟਕੇ ਦੇਖੋ ਜਦ ਇੱਕ ਟੌਪਿਕ ਤੇ ਚੱਲਣਾ ਟੌਪਿਕ ਤੇ ਆਪਾਂ ਚੱਲੀਏ ਇਹਨੇ ਵੀ ਚੱਲਣਾ ਟੌਪਿਕ ਤੇ ਆਏ
ਸਾਡੇ ਨਾਲ ਗੱਲ ਕਰੇ ਅਸੀਂ ਟਾਪਿਕ ਦੀ ਕਰ ਮੇਰੇ ਖਿਆਲ ਨਾਲ ਲੱਗਦਾ ਸਾਨੀ ਸਾਹਿਬ ਸਵਾਲ ਮੈਂ ਹੀ ਕਰਦਾ ਆ ਇਧਰੋਂ ਸਵਾਲ ਜਿਹੜੇ ਨੇ ਉਹੋ ਜਿਹੇ ਆਣੇ ਨਹੀਂਗੇ ਤੁਸੀਂ ਪੜਾਅ ਪੈਦਾ ਕਰਦੇ ਆ ਸਵਾਲ ਸਵਾਲ ਹਾਂਜੀ ਇਹ ਸਕੂਲ ਸਾਰੇ ਪੰਜਾਬ ਜੀ ਲੋਕ ਸਭਾ ਸਕੂਲ ਹਿੰਦੁਸਤਾਨ ਜੀ ਇੰਡੀਆ ਜੀ ਲੋਕ ਸਭਾ ਇਲੈਕਸ਼ਨ ਆ ਸਾਰੇ ਵੋਟ ਦੇ ਸਕੂਲ ਮੇਰੇ ਖਿਆਲ ਨਾਲ ਲੋਕ ਸਭਾ ਇਲੈਕਸ਼ਨ ਆ ਜੀ ਦਾ ਸਵਾਲ ਨਹੀਂ ਸਮਝਿਆ ਸਾਰੇ ਦੇਸ਼ ਚ ਸਕੂਲ ਨੇ ਇਹ ਮੰਡ ਤਰੇ ਸਾਹਿਬ ਮੇਰੀ ਸਾਰਿਆਂ ਨੂੰ ਇੱਥੇ ਜਿੰਨੇ ਬੈਠੇ ਬੇਨਤੀ ਹੈ ਵੀ ਕੋਈ ਨਾ ਬੋਲੇ ਸਵਾਲ ਪਹਿਲੇ ਸੋਲੇ ਫਿਰ ਉਹਦਾ ਜਵਾਬ ਦੇਵੇ ਦੇਖੋ ਜੀ ਇਹਦਾ ਮਤਲਬ ਇਹ ਕਿ ਸਰਕਾਰਾਂ ਚਾਹੁੰਦੀਆਂ ਨੇ ਕਿ ਲੋਕ ਸਿੱਖਿਅਤ ਨਾ ਹੋਣ ਜੇ ਲੋਕ ਸਿੱਖਿਅਤ ਹੋਣਗੇ ਤਾਂ ਇਹਨਾਂ ਨੂੰ ਆਪਣਾ ਲੱਗਦਾ ਕੁਰਸੀਆਂ ਦਾ ਡਰ ਹੈ ਮੈਂ ਤਾਂ ਇਹੀ ਚਾਹੁੰਦਾ ਸਾਰਿਆਂ ਨੂੰ ਅਪੀਲ ਹੈ ਮੇਰੇ ਬੱਚੇ ਵੀ ਪੜ੍ਹਦੇ ਨੇ ਸਾਨੀ ਸਾਹਿਬ ਸਾਰੇ ਸਕੂਲਾਂ ਦੇ ਮੇਰੇ ਖਿਆਲ ਨਾਲ ਭਰਾ ਨੇ ਕਹਿਣ ਥੋੜ੍ਹੀ ਜਿਹੀ ਦਲੇਰੀ ਘੱਟ ਕਰਤੀ ਹੈ ਮੈਂ ਸ਼ਰੇਆਮ ਕਹਿੰਦਾ ਕਿ ਲੀਡਰਾਂ ਦੇ ਇੱਥੇ ਚੱਲਦੇ ਪਏ ਨੇ ਲੀਡਰਾਂ ਦੀ ਵਿੱਚ ਇਨਵੋਲਵਮੈਂਟ ਹੈ ਕਿ ਸਾਰੇ ਲੀਡਰਾਂ ਦੀ ਪੱਤੀ ਚੱਲਦੀ ਪਈ ਹੈ ਸਾਡੇ ਬੱਚੇ ਸਿੱਖਿਅਤ ਹੋ ਜਾਣਗੇ ਤੁਹਾਨੂੰ ਆਪਣੇ ਡਰ ਪਏਗਾ ਦੇਸ਼ ਦੇ ਵਿੱਚ ਇੱਕ ਨਵਾਂ ਲੀਡਰ ਨਹੀਂ ਆਉਣਾ ਚਾਹੀਦਾ ਨਵਾਂ ਅਫਸਰ ਨਹੀਂ ਬਣਨਾ ਚਾਹੀਦਾ ਜੇ ਸਿੱਖਿਅਤ ਕਰਾ ਦਿਓ ਤਾਂ ਦੇਸ਼ ਦੀ ਉੱਨਤੀ ਹੋ ਜਾਂਦੀ ਹੈ ਜੀ 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 ਮੇਰੇ ਸਵਾਲ ਦਾ ਜਵਾਬ ਜਾਜ ਨਹੀਂ ਦਿੱਤਾ ਨੇ ਠੀਕ ਆ ਉੱਥੇ ਜਵਾਬ ਆਉਂਦੇ ਹੋ ਦੋਨਾਂ ਅਜ਼ੀਜ਼ਾਂ ਦੀ ਗੱਲ ਮੰਨਦਾ ਸਾਡੇ ਸਿੱਖਿਆ 'ਚ ਕਿੱਥੇ ਕਮੀ ਹੈ ਪਹਿਲੇ ਇਹ ਦੱਸਿਆ ਜਾਏ ਜਿਹੜੇ ਮਹਿੰਗੀ ਸਿੱਖਿਆ ਮਹਿੰਗੀ ਕਹਿ ਰਹੇ ਆ ਮਹਿੰਗੀ ਕਹਿ ਰਹੇ ਆ ਨੇਤਾਵਾਂ ਦੇ ਸਕੂਲ ਕਹਿ ਰਹੇ ਨੇ ਪੈਸੇ ਕੌਣ ਦਿੰਦਾ ਪੈਸੇ ਇਹੋ ਜਿਹੇ ਲੋਕ ਹੀ ਸਾਰੇ ਦਿੰਦੇ ਨੇ ਭਾਵੇਂ ਚੁੱਕ ਕੇ ਦਿੰਦੇ ਨੇ ਮੈਥਮੈਟਿਕ ਸਕੂਲ 'ਚ ਸਾਰੇ ਜਾਂਦੇ ਨੇ ਕਿੰਨੇ ਕਿੰਨੇ ਪੈਸੇ ਦਿੰਦੇ ਨੇ 40-40 ਹਜ਼ਾਰ 50-50 ਹਜ਼ਾਰ ਲਾਈਨ ਲੱਗ ਕੇ ਜੇ ਸਵੇਰੇ ਉਹਨਾਂ ਦਾ 8 ਵਜੇ ਕਾਊਂਟਰ ਖੁੱਲ੍ਹਣਾ ਹੁੰਦਾ ਮੈਨੂੰ ਸਕੂਲਾਂ ਦੀ ਕੈਟੇਗਰੀ ਦੱਸਣ ਕਿਹੜੇ ਸਕੂਲ ਕਿੱਥੇ ਪੜ੍ਹਾਈ ਨਹੀਂ ਹੈਗੀ ਕੋਈ ਗੱਲਬਾਤ ਇਹ ਡਿਬੇਟ ਆਪਾਂ ਬਾਅਦ ਵੀ ਕਰ ਸਕਦੇ ਜੀ ਮੈਨੂੰ ਇਹਦੇ ਕੋਈ ਇਤਰਾਜ਼ ਨਹੀਂ ਡਿਬੇਟ ਮੈਂ ਇਹਨਾਂ ਨਾਲ ਸਾਰਿਆਂ ਨਾਲ ਵੱਖਰੀ ਕਰ ਸਕਦਾ ਔਰ ਸਾਰੇ ਬਟਾਲੇ ਦੇ ਜਿੰਨੇ DAV ਸਕੂਲ ਨੇ ਜਾਂ ਮੇਰੇ ਆਪਣੇ 2-3 ਸਕੂਲ ਨੇ ਸਾਰਿਆਂ ਬਰਾਬਰ ਕਰ ਸਕਦਾ ਜੀ ਬਿਲਕੁਲ ਅੱਜ ਜਿਹੜੀ ਗੱਲ ਅਸੀਂ ਕਰਨ ਆਏ ਹਾਂ ਜੇ ਤੁਸੀਂ ਸਾਨੂੰ ਸੱਦਿਆ ਮੇਨ ਅਸੀਂ ਆਏ ਹਾਂ ਪਾਰਲੀਮੈਂਟ ਵਾਸਤੇ ਜੀ ਤੇ ਪਾਰਲੀਮੈਂਟ ਕੈਂਡੀਡੇਟ ਤੇ ਸਾਨੂੰ ਮੋਦੀ ਸਾਹਿਬ ਨੂੰ ਵੋਟਾਂ ਕੌਣ ਪਾਏਗਾ ਜੀ ਮੈਂ ਤੁਹਾਡੇ ਆਉਣ ਤੋਂ ਪਹਿਲੇ 20 ਮਿੰਟ ਪਹਿਲੇ ਆਪਣੇ ਦਫ਼ਤਰ 'ਚ ਬੈਠਿਆ ਸੁਣ ਰਿਹਾ ਸੀ ਜੀ ਮੋਦੀ ਸਾਹਿਬ ਦੇ 4 ਲਵਰ ਤੁਹਾਨੂੰ ਸੁਣਾ ਦਿੰਦਾ ਜਿਹੜਾ ਭਰਾ ਭੈਣ ਨੇ ਸੁਣਿਆ ਉਹ ਸੁਣ ਲੈਣ ਜੀ ਪਤਾ ਲੱਗ ਜਾ ਜੀ ਮੋਦੀ ਸਾਹਿਬ ਨੇ 2 ਲਵਰ ਕਹੇ ਉਹ ਵੀ ਇਸੇ ਤਰ੍ਹਾਂ ਡਿਬੇਟ 'ਚ ਕਹੇ ਨੇ ਜੀ ਕਿਸੇ ਨੇ ਪੁੱਛਿਆ ਉਹਨਾਂ ਨੇ ਕਿਹਾ ਮੈਂ ਲੜਦਾ ਪਿਆ ਰਾਸ਼ਟਰ ਲਈ ਮੇਰੇ ਪਿੱਛੇ ਕੋਈ ਨਹੀਂ ਮਤਲਬ ਮੇਰੇ ਖਾਨਦਾਨ ਦਾ ਕੋਈ ਬੰਦਾ ਮੇਰੇ ਪਿੱਛੇ ਨਹੀਂ ਮੇਰੇ ਅੱਗੇ ਚੱਲਣ ਵਾਲਾ ਕੋਈ ਨਹੀਂ ਪਿਛਲੇ ਮੈਂ ਛੱਡ ਦਿੱਤੇ ਅੱਗੇ ਮੈਂ ਕੋਈ ਬਣਾਏ ਨਹੀਂ ਮੈਂ ਰਾਸ਼ਟਰ ਲਈ ਲੜਨ ਦਿਆਂ ਜੀ ਬਿਲਕੁਲ ਬਹੁਤ ਬਹੁਤ ਵੱਡਾ ਇੱਕ ਸਵਾਲ ਬਹੁਤ ਵੱਡਾ ਸਵਾਲ ਹੈ ਕਾਂਗਰਸ ਕੀ ਜਵਾਬ ਦਿੰਦੀ ਹੈ ਪਹਿਲਾਂ ਇਸ ਜੋ ਸਾਨੀ ਸਾਹਿਬ ਵੱਲੋਂ ਸਵਾਲ ਹੈ ਪਹਿਲਾਂ ਉਹਦਾ ਦੋ ਤਿੰਨਾਂ ਪਾਰਟੀਆਂ ਦੀ ਗੱਲ ਕਰਦੇ ਦੇਖੋ ਮੋਦੀ ਸਾਹਿਬ ਨੇ ਬੜਾ ਕਲੀਅਰ ਕਹਿ ਦਿੱਤਾ ਕਿ ਮੇਰੇ ਪਿੱਛੇ ਕੋਈ ਨਹੀਂ ਦੋ ਪਾਰਟੀਆਂ ਦੀ ਗੱਲ ਕਰਦੇ ਔਰ ਮੈਂ ਦੇਸ਼ ਲਈ ਲੜ ਰਿਹਾ ਕਿ ਉਹਨਾਂ ਦੇ ਪਿੱਛੇ ਕੋਈ ਨਹੀਂ ਮੈਂ ਸਾਨੀ ਸਾਹਿਬ ਨੂੰ ਇੱਕ ਸਤਿਕਾਰਯੋਗ ਕਹਿਣੀ ਚਾਹੁੰਦਾ ਕਿ ਮੋਦੀ ਸਾਹਿਬ ਦੇ ਅਗਰ ਪਿੱਛੇ ਕੋਈ ਨਹੀਂ ਤਾਂ ਉਹਦੀ ਜ਼ਿੰਮੇਵਾਰੀ ਖੁਦ ਮੋਦੀ ਸਾਹਿਬ ਦੀ ਹੈ ਉਹ ਤੇ ਪਰਿਵਾਰ ਦੀ ਗੱਲ ਹੈ ਕਿ ਉਹਨਾਂ ਦਾ ਪਰਿਵਾਰ ਦਾ ਕੋਈ ਨਹੀਂ ਉਹਦੇ ਵਿੱਚ ਕਿਸੇ ਪਾਰਟੀ ਦਾ ਕੋਈ ਰੋਲ ਨਹੀਂ ਪਰ ਦੂਜੇ ਪਾਸੇ ਮੈਂ ਵੀ ਇਹ ਵੀ ਕਹਿਣਾ ਚਾਹਾਂਗਾ ਕਿ ਕਾਂਗਰਸ ਨੂੰ ਰੋਜ਼ ਜਿਹੜਾ ਮੋਦੀ ਸਾਹਿਬ ਔਰ ਸਾਰੀ BJP ਦੀ ਪਾਰਟੀ ਜਿਹੜੀ ਭੰਡਦੀ ਹੈ ਕਿ ਦੇਸ਼ ਭਗਤੀ ਦਾ ਸਾਰਾ ਠੇਕਾ ਅੱਜ ਮੋਦੀ ਸਾਹਿਬ ਔਰ BJP ਕੋਲ ਹੀ ਹੈ ਕਾਂਗਰਸ ਨੇ ਕੋਈ ਕੁਰਬਾਨੀ ਨਹੀਂ ਕੀਤੀ ਦੇਸ਼ ਵਾਸਤੇ ਦੇਸ਼ ਨੂੰ ਕਾਂਗਰਸ ਨੇ ਆਜ਼ਾਦ ਕਰਾਇਆ ਜਿੰਨੇ ਲੀਡਰ ਕਾਂਗਰਸ ਨੇ ਮਰਵਾਏ ਉਹਨੇ BJP ਦੇ ਅੱਜ ਤੱਕ ਕੋਈ ਕਿਸੇ ਨੂੰ ਚੋਟ ਵੀ ਨਹੀਂ ਲੱਗੀ ਦੂਜੇ ਨੰਬਰ ਤੇ ਜਿਹੜੀ ਵਿਨੈ ਜੀ ਨੇ ਗੱਲ ਕੀਤੀ ਆ ਕਿ ਮੋਦੀ ਸਾਹਿਬ ਭ੍ਰਿਸ਼ਟਾਚਾਰ ਦੀ ਗੱਲ ਕੀਤੀ ਆ ਵਿਨੈ ਜੀ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਚਾਹੁੰਦਾ ਅਗਰ ਮੋਦੀ ਸਾਹਿਬ ਭ੍ਰਿਸ਼ਟਾਚਾਰ BJP ਭ੍ਰਿਸ਼ਟਾਚਾਰੀ ਨਹੀਂ ਮੈਂ ਦੱਸਣਾ ਮੈਂ ਉਹਦਾ ਜਵਾਬ ਦੇਣ ਲੱਗਾ ਮੇਰਾ ਜਵਾਬ ਲਓ ਪਹਿਲਾਂ ਮੇਰਾ ਜਵਾਬ ਲਓ ਮੇਰੀ ਗੱਲ ਸੁਣੋ ਜੀ ਮਾਟੋ ਜੀ ਗੱਲ ਸੁਣੋ ਮਾਟੋ ਜੀ ਪਹਿਲਾਂ ਮੇਰਾ ਜਵਾਬ ਪੂਰਾ ਹੋ ਲੈਂਦੇ ਹੋ ਮੇਰਾ ਜਵਾਬ ਪੂਰਾ ਹੋ ਲੈਂਦੇ ਹੋ ਅਗਰ ਤੁਸੀਂ ਕਹਿੰਦੇ ਹੋ ਅਗਰ ਤੁਸੀਂ ਕਹਿੰਦੇ ਹੋ ਹਾਂਜੀ ਗੱਲ ਹੈ ਜੀ ਤੁਹਾਡੀ ਮੇਰੀ ਗੱਲ ਰੋਕਣੀ ਨਹੀਂ ਇੱਕ ਮਿੰਟ ਇੱਕ ਮਿੰਟ ਹੰਸਪਾਲ ਦੀ ਗੱਲ ਮੇਰੀ ਗੱਲ ਰੋਕਣੀ ਹੈ ਹੰਸਪਾਲ ਤੋਂ ਬਾਅਦ ਹੰਸਪਾਲ ਤੋਂ ਬਾਅਦ ਘਟਾਲਾ ਕੋਈ ਨਹੀਂ ਜਵਾਬ ਦੇਣਾ ਹਾਂਜੀ ਅਸੀਂ ਕਹਿੰਦੇ ਰਫੇਲ ਦੇ ਵਿੱਚ ਘਟਾਲਾ ਨੰਬਰ 2 ਮੇਰੀ ਗੱਲ ਸੁਣੋ ਅਗਰ ਮੋਦੀ ਸਾਹਿਬ ਇੰਨੇ ਇਮਾਨਦਾਰ ਹੈ BJP ਐਡੀ ਇਮਾਨਦਾਰ ਹੈ
5 ਸਾਲਾਂ ਵਿੱਚ ਤੁਸੀਂ ਕਿੰਨਾ ਕਾਂਗਰਸ ਦੇ ਲੀਡਰ ਜੇਲ੍ਹਾਂ ਦੇ ਵਿੱਚ ਛੁੱਟੇ ਮੈਨੂੰ ਗਿਣਤੀ ਦੱਸੋ ਕਾਂਗਰਸ ਦਾ ਕਿੰਨਾ ਲੀਡਰ ਦੱਸ ਦਿੱਤਾ ਮੈਂ ਦੱਸ ਕਿੰਨਾ ਲੀਡਰ ਦੱਸ ਦਿੱਤਾ ਦੱਸੋ ਕੋਈ ਤਾਂ ਕਾਗਜ਼ ਵੀ ਆ ਜਿੰਨਾ ਤੁਸੀਂ ਘਟਾ ਲਿਆ ਦੱਸਦੇ ਹੁਣ ਤੱਕ ਲੱਖਾਂ ਬੰਦੇ ਅੰਦਰ ਹੋਣੇ ਚਾਹੀਦੇ ਸੀ ਲੱਖਾਂ ਕਾਂਗਰਸ ਦੇ ਅੰਦਰ ਦਿੱਤੇ ਹੋਣੇ ਚਾਹੀਦੇ ਸੀ ਹਜ਼ਾਰਾਂ ਲੀਡਰ ਅੰਦਰ ਹੋਣੇ ਚਾਹੀਦੇ ਸੀ ਇੱਕ ਵੀ ਕਾਂਗਰਸ ਦੇ ਅੱਜ ਅੰਦਰ ਨਹੀਂ ਹੈ ਮੇਰੇ ਸਵਾਲ ਭਾਈ ਜਿਹੜਾ ਕਿੰਨਾ ਨੂੰ ਬਜੋ ਦਾ ਜਵਾਬ ਦੇ ਦੇਸ਼ ਭਗਤੀ ਦੀ ਗੱਲ ਕਰ ਰਿਹਾ ਮੈਂ ਐਜੂਕੇਸ਼ਨ ਵਾਲੀ ਗੱਲ ਨਹੀਂ ਮੈਂ ਕਰਦਾ ਮੈਂ ਉਹਦੀ ਗੱਲ ਕੀਤਾ ਜੀ ਇੱਕ ਮਿੰਟ ਹੰਸਪਾਲ ਜੀ ਤੁਸੀਂ ਕੀਤੀ ਗੱਲ ਦੇਸ਼ ਭਗਤੀ ਦੀ ਵੀ ਇਕੱਲੀ ਬੀਜੇਪੀ ਜਾਂ ਕਾਂਗਰਸ 'ਚ ਜਾਂ ਕਿੱਦਾਂ ਹੈ ਨਾ ਅਸੀਂ ਇੱਥੇ ਸਨਮਾਨ ਸਮਾਰੋਹ ਸ਼ਰਧਾਂਜਲੀ ਸਮਾਰੋਹ ਰੱਖਿਆ ਸੀ ਸ਼ਹੀਦਾਂ ਦਾ ਪਰ ਮੈਨੂੰ ਅਫਸੋਸ ਆ ਪੰਜਾਬ ਦੇ ਵਿੱਚ ਕਿਸੇ ਇੱਕ ਵੀ ਕਾਂਗਰਸੀ ਨੇ ਪੁਲਵਾਮਾ ਸ਼ਹੀਦਾਂ ਨੂੰ ਸ਼ਰਧਾਂਜਲੀ ਨਹੀਂ ਦਿੱਤੀ ਬੇਸ਼ੱਕ ਜਿੱਥੇ ਮਰਜ਼ੀ ਚੈੱਕ ਕਰ ਲਓ ਅਕਾਲੀ ਦਲ ਬੀਜੇਪੀ ਨੇ ਸ਼ਰਧਾਂਜਲੀ ਦਿੱਤੀ ਸੀ ਹਾਂਜੀ ਹਾਂਜੀ ਕਿਸੇ ਨੇ ਸ਼ਰਧਾਂਜਲੀ ਨਹੀਂ ਦਿੱਤੀ ਜੀ ਪੁਲਵਾਮਾ ਹਰ ਇੱਕ ਨੇ ਦਿੱਤੀ ਆ ਤੁਸੀਂ ਬਟਾਲੇ 'ਚ ਨਹੀਂ ਕਿਸੇ ਨੇ ਦਿੱਤੀ ਹੋਏਗੀ ਇਹ ਦਾ ਸਵਾਲ ਤੁਸੀਂ ਮੈਨੂੰ ਨਹੀਂ ਕਰ ਸਕਦੇ ਸਵਾਲ ਮੇਰੇ ਨਾਲ ਨਹੀਂ ਬਣਦਾ ਅਗਰ ਬਟਾਲੇ 'ਚ ਨਹੀਂ ਕਿਸੇ ਨੇ ਦਿੱਤੀ ਉਹਨੂੰ ਪੁੱਛੋ ਅਸੀਂ ਦਿੱਤੀ ਆ ਇੱਕ ਮਿੰਟ ਸੁਣ ਲਓ ਪਾਕਿਸਤਾਨ ਦੇ ਪੁਤਲੇ ਫੂਕ ਚੜੇ ਸਵੱਛ ਭਾਰਤ ਦੇਖੋ ਜੇਲ੍ਹ ਤੋਂ ਤੁਸੀਂ ਪਹਿਲਾਂ ਗੱਲ ਕੀਤੀ ਜੇਲ੍ਹ ਦਾ ਦਿਮਾਗ ਕੀੜਾ ਗਿਆ ਚਲੋ ਮੈਂ ਇੱਥੇ ਆ ਕੇ ਗੱਲ ਕਰ ਲੈਣਾ ਪਹਿਲੀ ਗੱਲ ਤੁਸੀਂ ਡਿਬੇਟ ਸਾਨੂੰ ਕਿਸ ਕਰਕੇ ਬੁਲਾਇਆ ਲੋਕ ਸਭਾ ਨੂੰ ਲੈ ਕੇ ਡਿਬੇਟ ਆ ਇੱਥੇ ਲੋਕਲ ਮੁੱਦੇ ਵਾਸਤੇ ਵੱਖਰੀ ਡਿਬੇਟ ਰੱਖ ਲਈ ਬੈਠਾਂਗੇ ਰੱਖ ਦਿਓ ਆ ਤੁਸੀਂ ਨੂੰ ਬੰਦ ਕਰ ਸਵਾਲ ਪੁੱਛਣਾ ਚਾਹੁੰਦਾ ਕਾਂਗਰਸ ਪਾਰਟੀ ਆਮ ਆਦਮੀ ਪਾਰਟੀ ਨੂੰ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਭਾਈ ਮੋਦੀ ਜੀ ਨੇ ਤੁਸੀਂ ਕਹਿੰਦੇ ਹੋ ਪੁਲਵਾਮਾ ਨੂੰ ਸ਼ਰਧਾਂਜਲੀ ਕੀ ਪੁਲਵਾਮਾ ਤੇ ਤੁਸੀਂ ਦੇਸ਼ ਦੇ ਖਿਲਾਫ ਬੋਲੇ ਸਾਰੇ ਪਾਰਟੀ ਜਾਂ ਮੈਨੂੰ ਬੋਲ ਲਓ ਸਾਰੇ ਪਾਰਟੀ ਤਾਂ ਜਵਾਬ ਦੇ ਰਹੀ ਹੈ ਤੁਸੀਂ ਜਵਾਬ ਦੇ ਦਿਓ ਰਾਹੁਲ ਗਾਂਧੀ ਜੀ ਨੇ ਸਾਰੇ ਪਾਰਟੀ ਤਾਂ ਛੋਟਾ ਕਰ ਸਵਾਲ ਛੋਟਾ ਮੇਰਾ ਪ੍ਰਿੰਕਾ ਗਾਂਧੀ ਦਾ ਸਵਾਲ ਤਾਂ ਮੇਰਾ ਇਹੋ ਹੀ ਹੈ ਕਿ ਅੱਜ ਸਾਰੇ ਪਾਰਟੀ ਸਾਡੀ ਖੇਡ ਰਹੀ ਹੈ ਨਾਲ ਜੇ ਦੇਸ਼ ਦੀ ਸੈਨਾ ਨੇ ਸਾਰੇ ਪ੍ਰੋਗਰਾਮ ਜੇ ਦੇਸ਼ ਦੀ ਸੈਨਾ ਨੇ ਪ੍ਰੋਗਰਾਮ ਕਰ ਜੇ ਦੇਸ਼ ਦੀ ਸੈਨਾ ਨੇ ਆਪਣਾ ਸ਼ੋਕ ਆਪਣਾ ਸ਼ਾਂਤ ਖਾਂਦੇ ਹੋਏ ਜੋਰ ਇਹ ਸਹੀ ਕੀਤੀ ਤੁਸੀਂ ਬੰਦਾ ਪੁੱਛੋ ਕਿੰਨੇ ਮਰ ਗਿਆ ਮੈਂ ਜਵਾਬ ਨਹੀਂ ਕੀਤਾ ਕਿ ਪ੍ਰਧਾਨ ਮੰਤਰੀ ਮੋਦੀ ਪਾਕਿਸਤਾਨ ਜੋਗੇ ਉਹ ਵਿਦੇਸ਼ ਨੀਤੀ ਆ ਉਹ ਪ੍ਰਧਾਨ ਮੰਤਰੀਆਂ ਦੇ ਇੱਕ ਦੂਜੇ ਨਾਲ ਆਣੇ ਜਾਣੇ ਚੱਲਦੇ ਆ ਨਵਜੋਤ ਸਿੰਘ ਸਿੱਧੂ ਕੈਪਟਨ ਦੇ ਮਨਾ ਬਗਨ ਦੇ ਬਾਵਜੂਦ ਕਿਉਂ ਚੱਲ ਗਿਆ ਉਹ ਕਿਉਂ ਗਿਆ ਮੈਂ ਜਵਾਬ ਦੇਣਾ ਜੀ ਇਹਦਾ ਜਵਾਬ ਦਿਓ ਨਾ ਮੈਂ ਵੀਰ ਨੂੰ ਕਹਿਣਾ ਚਾਹੁੰਦਾ ਉਹਨਾਂ ਦੇ ਅੱਗੇ ਜਵਾਬ ਦਿੱਤਾ ਇਹ ਵੀ ਹਲੇ ਉਹਨਾਂ ਦੇ ਜਿਹੜੇ ਭ੍ਰਿਸ਼ਟ ਕਾਂਗਰਸੀ ਬੰਦੇ ਨੇ ਕਿੰਨੇ ਅੰਦਰ ਦਿੱਤੇ ਆ ਉਹਨਾਂ ਦੇ ਦਰਵਾਜ਼ੇ ਤੱਕ ਪਹੁੰਚ ਗਏ ਨੇ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਭਾਜੀ 50 ਸਾਲਾਂ ਚੱਲੇ ਤੱਕ ਦਰਵਾਜ਼ੇ ਤੱਕ ਹੀ ਪਹੁੰਚੇ ਨੇ ਸੇਵਾ ਕਰਦੇ ਸੈਨਿਕ ਨੇ ਉਹ ਸ਼ਹੀਦ ਨਹੀਂ ਹੋਏ ਬਿੱਟੂ ਭਾਜੀ ਮੈਂ ਗੱਲ ਕਰਨਾ ਚਾਹੁੰਦਾ ਤੁਹਾਡਾ ਜਵਾਬ ਦੇ ਲਗਾ ਤੇ ਸੈਨਿਕ ਸ਼ਹੀਦ ਨਹੀਂ ਹੋਏ ਸੈਨਿਕਾਂ ਦਾ ਇੱਕ ਧਰਮ ਹੈ ਇੱਕ ਫਰਜ਼ ਹੈ ਦੇਸ਼ ਦੀ ਸਰਹੱਦਾਂ ਤੇ ਲੜਨਾ ਮੇਰੀ ਗੱਲ ਸੁਣੋ ਸੈਨਿਕ ਸ਼ਹੀਦ ਹੋਣ ਦੇ ਤਾਂ ਹੀ ਸੈਨਿਕ ਉੱਥੇ ਲੜਨ ਦੇ ਤਾਂ ਹੀ ਆਪਣੇ ਘਰਾਂ 'ਚ ਸੇਵ ਪੈਂਦੇ ਆ ਉਹ ਕਿਸੇ ਸਰਕਾਰ ਨਾਲ ਤਾਲੁਕ ਨਹੀਂ ਰੱਖਦਾ ਸੈਨਿਕਾਂ ਨੇ ਆਪਣੇ ਦੇਸ਼ ਵਾਸਤੇ ਸ਼ਹੀਦ ਹੋਣਾ ਨਾ ਕਿਸੇ ਸਰਕਾਰ ਵਾਸਤੇ ਅੱਛਾ ਬਿੱਟੂ ਭਾਜੀ ਮੈਂ ਵਿਨੇ ਜੀ ਨੂੰ ਬੇਨਤੀ ਕਰਨੀ ਚਾਹੁੰਦਾ ਜਦੋਂ ਤੇ ਦੇਸ਼ ਦੇ ਭਾਈ ਪਵੇ ਉਦੋਂ ਸਿੱਖ ਵੀ ਹਿੰਦੂ ਵੀ ਮੁਸਲਮਾਨ ਵੀ ਇਸ ਦੇਸ਼ ਦੀ ਜੈ ਜੈਕਾਰ ਕਰਦਾ ਔਰ ਆਪਣੇ ਦੇਸ਼ ਨਾਲ ਚਟਾਨ ਵਾਂਗੂ ਬਣ ਕੇ ਖਲੋਂਦਾ
ਆਪਾਂ ਬੀਜੇਪੀ ਦੀਆਂ ਬਹੁਤ ਗੱਲਾਂ ਕੀਤੀਆਂ ਵੀਰੇ ਭਾਜੀ, ਇਹਨਾਂ ਬੀਜੇਪੀ ਦੇ ਮੁੱਦਾ ਨਹੀਂ ਹੋਣਾ ਜਿੰਨਾ ਤੁਸੀਂ ਜੋਸ਼ ਨਾਲ ਬੋਲਦੇ ਰਹੇ ਹੋ, ਤਾਂ ਮੁੜ ਮੁੜ ਕੇ ਘੋੜੀ ਬੀਜੇਪੀ ਹੇਠ ਥੱਲੇ ਆਉਂਦੀ ਹੈ। ਮੈਨੂੰ ਇਹ ਦੱਸੋ, ਮੈਨੂੰ ਇਹ ਦੱਸੋ ਪ੍ਰਧਾਨ ਜੀ, ਹੁਣ ਮੇਰੀ ਮਾੜੀ ਜੀ ਬੇਨਤੀ ਤੇ ਸੁਣ ਲਓ, ਇੱਕ ਪਤਾ ਨਹੀਂ ਕਿਹੜਾ ਕੈਂਸਰ ਖਾ ਦਿਓ, ਸਾਰਿਆਂ ਨਾਲੋਂ ਵੱਧ ਆਵਾਜ਼ ਤੁਹਾਡੀ ਬਣਾ ਭਾਈ ਜੀ। ਮੋਦੀ ਨੇ ਅਟੈਕ ਕੀਤਾ, ਪੁਲਵਾਮਾ ਦਾ ਆਪਾਂ ਕਹਿੰਦੇ ਅਟੈਕ ਹੋਇਆ, ਮੋਦੀ ਸਾਹਿਬ ਨੇ ਬਦਲਾ ਲੈ ਲਿਆ, ਬੜਾ ਬੜਾ ਰੌਲਾ ਪਾਇਆ। ਮੈਨੂੰ ਇਹ ਦੱਸੋ ਕਿ ਜਾ ਕੇ ਫੋਕੇ ਪਹਾੜਾਂ ਤੇ ਫੈਰ ਕਰ ਰਹੇ ਜੀ, ਕੁਝ ਕੀਤਾ ਨਹੀਂ। ਗੱਲ ਅਸੀਂ ਸ਼ਹਿਰੀ ਹੈ ਮੇਰੇ ਬੱਚਿਆਂ ਵਾਂਗੂ, ਮਗਰ ਮੈਂ ਇੱਕ ਕਹਾਂਗਾ, ਮੈਂ ਬਿੱਲੀ ਛਿੱਕੇ ਚੋਂ ਬਾਹਰ ਆ ਗਈ। ਜੋ ਆਵਾਜ਼ ਕਾਂਗਰਸ ਦੀ ਸੀ, ਸੋਹੀ ਆਵਾਜ਼ ਸ਼ਹਿਰੀ ਨੇ ਕਰ ਦਿੱਤੀ। ਅੱਜ ਵੀ ਮੈਂ ਦੇਖੋ, ਤੁਸੀਂ ਅਖਬਾਰਾਂ ਪੜ੍ਹੋ, ਸਾਰੀ ਚੀਜ਼ ਪੜ੍ਹੋ, ਜਿਹੜਾ ਇੱਕ ਪਾਇਲਟ ਵਾਪਸ ਲਿਆਉਣਾ ਕੋਈ ਛੋਟੀ ਗੱਲ ਨਹੀਂ। ਹਰ ਬੰਦਾ ਸਮਝਦਾ ਮੋਦੀ ਸਾਹਿਬ ਨੇ ਕਹਿੰਦੇ ਤਾਂ ਪਾਇਲਟ ਆ ਗਿਆ। ਕਿੰਨੀਆਂ ਪਣਡੁੱਬੀਆਂ ਸਾਡੀਆਂ ਸਮੁੰਦਰੀ ਇਲਾਕੇ 'ਚ ਤਿਆਰ ਖਲੋਤੀਆਂ ਨੇ, ਕਿਸੇ ਵੇਲੇ ਜੰਗ ਹੋ ਸਕਦੀ ਹੈ। ਕਿੰਨੇ ਸਾਡੇ ਜਹਾਜ਼ ਖੜੇ ਰਹੇ ਹਰ ਏਅਰਪੋਰਟ 'ਤੇ, ਕਿਸੇ ਵੇਲੇ ਜੰਗ ਹੋ ਸਕਦੀ ਹੈ ਇੱਕ ਪਾਇਲਟ ਲਈ। ਜੋ ਇਨਸਾਨ ਇਹੋ ਹੀ 26/11 ਨੂੰ ਹਾਦਸਾ ਹੋਇਆ ਸੀ ਜੀ, ਇਹੋ ਹੀ ਪਾਇਲਟ ਸਨ, ਇਹੋ ਹੀ ਏਅਰਫੋਰਸ ਸੀ, ਇਹੋ ਹੀ ਸਾਰੇ ਹਿੰਦੁਸਤਾਨੀ ਸਨ, ਇਹੋ ਹੀ ਸਾਰੇ ਸਨ। ਫਰਕ ਇੱਕੋ ਸੀ, ਇੱਛਾ ਸ਼ਕਤੀ ਕਿਸੇ 'ਚ ਨਹੀਂ ਸੀ ਉਸਲੇ ਪਾਕਿਸਤਾਨ ਦੇ ਨਾਲ ਲੜਾਈ ਕਰਨ ਦੀ। ਅੱਜ ਕੀ ਹੈ, ਅੱਜ ਇੱਕ ਮੋਦੀ ਹੈ ਜਿਹਦੀ ਇੱਛਾ ਸ਼ਕਤੀ ਵਿੱਚ ਇੱਕ ਮਿੰਟ ਤੋਂ ਪਹਿਲੇ ਪਹਿਲੇ ਹਮਲਾ ਹੋ ਗਿਆ। ਸਾਹਿਬ ਅਸੀਂ ਦੋ ਲੜਾਈਆਂ ਜਿੱਤੀਆਂ, ਮਾਰ ਕੇ ਅਸੀਂ ਦੋ ਤੋਂ ਤਿੰਨ ਲੜਾਈਆਂ ਜਿੱਤੀਆਂ ਕਾਂਗਰਸ ਦੀ ਸਰਕਾਰ ਨੇ। ਅਸੀਂ ਦੇਖੋ, ਦੇਖੋ ਦੇਸ਼ ਨੇ ਜਿੱਤੀਆਂ, ਇਹ ਵੀ ਤੁਸੀਂ ਨੇ ਜਿੱਤੀ, ਇਹ ਵੀ ਤੁਸੀਂ ਨੇ ਜਿੱਤੀ, ਇਹ ਵੀ ਤੁਸੀਂ ਨੇ ਜਿੱਤੀ, ਇਹ ਵੀ ਫੌਜੀਆਂ ਨੇ ਜਿੱਤੀ ਹੈ, ਇਹ ਵੀ ਫੌਜੀਆਂ ਨੇ ਜਿੱਤੀ ਯਾਰ। ਗੱਲ ਕਰੀਏ, ਬਹੁਤੀ ਉੱਚੀ ਬੋਲਣ ਨਾਲ ਗੱਲ ਬਹੁਤ ਤਕੜੀ ਨਹੀਂ ਬਣ ਜਾਣੀ, ਗੱਲ ਜਿਹੜੀ ਹੈ ਉਹ ਹੋ ਜਾਣੀ। ਮੈਂ ਜਿਹੜੀ ਗੱਲ ਕੀਤੀ ਹੈ, ਉਸ ਵੇਲੇ ਦੀ ਸਰਕਾਰ ਵਿੱਚ ਇੱਛਾ ਸ਼ਕਤੀ 'ਚ ਨਹੀਂ ਸੀ, ਉਹਨਾਂ ਨੂੰ ਡਰ ਸੀ। ਪਾਕਿਸਤਾਨ ਦੇ ਦੋ ਟੁੱਟੇ ਕਾਂਗਰਸ ਦੀ ਸਰਕਾਰ ਨੇ ਕੀਤੇ ਨੇ, ਉਹ ਹਿੰਮਤ ਨਹੀਂ ਕੀਤੀ। ਇੰਦਰਾ ਗਾਂਧੀ ਜੀ ਨੇ ਕਰਵਾਇਆ, ਇੰਦਰਾ ਗਾਂਧੀ ਵਿੱਚ ਇੱਛਾ ਸ਼ਕਤੀ ਸੀ, ਇੱਛਾ ਸ਼ਕਤੀ ਦੇ ਪਰਵਾ ਰਹੇ ਹੋ। ਕਿਹੜੀ ਮੁਕਤੀ ਅੱਜ ਆਪਾਂ ਦੇਖੋ, ਤੁਸੀਂ ਨਾ ਪੰਜਾਬ ਦੇ ਕਰਾ ਰਹੇ ਹੋ, ਅੱਜ ਵੀ ਇੱਛਾ ਸ਼ਕਤੀ, ਅੱਜ ਸਰਕਾਰ ਸਾਡੀ ਇੱਛਾ ਕਰਕੇ ਤੁਹਾਨੂੰ ਗੱਲਾਂ ਇੰਦਰਾ ਗਾਂਧੀ ਦੀ ਇੱਛਾ ਸ਼ਕਤੀ ਯਾਦ ਆਈ ਹੈ। ਇੰਦਰਾ ਗਾਂਧੀ ਨੇ 6 ਮਹੀਨੇ ਲਗਾਤਾਰ, ਅੱਜ ਵੀ ਕਿਤਾਬ ਪੜ੍ਹੋ ਤੁਸੀਂ ਜਨਰਲ ਮਾਨਸ਼ਾ ਦੀ, ਇੰਦਰਾ ਗਾਂਧੀ ਨੇ 6 ਮਹੀਨੇ ਪੂਰਾ ਇੰਤਜ਼ਾਰ ਕੀਤਾ। ਅਟੋਨਿਕ ਜਿਸੇ ਪ੍ਰੀਖਣ ਕਰਨੇ ਸਨ, ਇੰਦਰਾ ਗਾਂਧੀ ਨੇ ਤਿਆਰੀ ਕਰ ਲਈ, ਅਮਰੀਕਾ ਨੇ ਅੱਖਾਂ ਦਿਖਾਈਆਂ, ਇੰਦਰਾ ਗਾਂਧੀ ਘਰ ਜਾ ਕੇ ਸੌਂ ਗਏ। ਇੱਛਾ ਸ਼ਕਤੀ ਨਹੀਂ ਸੀ, ਇੱਛਾ ਸ਼ਕਤੀ ਉਹਨੇ 6 ਮਹੀਨੇ ਬਾਅਦ ਜਿਸੇ ਪੂਰੀ ਤਿਆਰੀ ਕਰਕੇ ਫਿਰ ਪਾਕਿਸਤਾਨ ਨਾਲ ਜੰਗ ਕੀਤੀ, ਮਗਰ ਇਹ 10 ਦਿਨਾਂ ਦੇ ਵਿੱਚ ਸਾਰੀ ਤਿਆਰੀ ਕਰਕੇ ਦੁਸ਼ਮਣ ਨੂੰ ਉਹਦੇ ਘਰ ਜਾ ਕੇ ਠੋਕ ਕੇ ਵਾਪਸ ਆਉਣਾ। ਏਅਰਫੋਰਸ ਨੇ ਆਪਣਾ ਕੰਮ ਕੀਤਾ, ਸਿਪਾਹੀਆਂ ਨੇ ਆਪਣਾ ਕੰਮ ਕੀਤਾ, ਆਰਮੀ ਨੇ ਆਪਣਾ ਕੰਮ ਕੀਤਾ, ਮਗਰ ਆਰਮੀ ਦੇ ਪਿੱਛੇ ਕਮਾਂਡਰ ਕੌਣ ਸੀ, ਇਹ ਕਿਸੇ ਨੇ ਨਹੀਂ ਦੇਖੀ। ਇਹ ਗੱਲ ਕਾਂਗਰਸ ਕਿਉਂ ਨਹੀਂ ਮੰਨਦੀ, ਕਿਉਂਕਿ ਇੱਛਾ ਸ਼ਕਤੀ, ਇੱਛਾ ਸ਼ਕਤੀ ਗੱਲ ਹੈ, ਕਾਂਗਰਸ ਕਿਉਂ ਨਹੀਂ ਮੰਨਦੀ, ਕਾਂਗਰਸ ਦੇਸ਼ ਭਗਤੀ ਨੂੰ ਵੋਟਾਂ ਨਾਲ ਨਹੀਂ ਜੋੜਦੀ।
अपने गुरु भाई ने राहुल गांधी के इन्होंने प्रधान उन्होंने पूरी गलबात साढ़े को पूछा गया दसो राहुल गांधी ने पूछा दसो जेडे इन्हों के विचार सहमत ने केजरीवाल ने पूछा जो शहरी साहब ने तुहाडे सामने गल कर दी आवाज़ केजरीवाल की है बोले शहरी ने मगर ये एक चीज़ पूछते ने क्या साढ़े एयरफोर्स चीफ की इको लफ्ज़ मैं याद है टीवी से असी उन्हें तबाह कर गए सी लाशा मिलन नहीं सी गए तो ना आर्मी लाशा गिनती है तो ना उन्होंने पता कि लाशा गए हैं अपने बंदे चुके वापस लियाने होंगे जो लाश ही तब्दील हो चुके हो तो यह पूछा जाए किन्ने बंदे मर गए की गलबात मर गए कभी यो बयान राहुल गांधी देंगे ने कभी इन्हों सारे कांसी देंगे और फिर इन्होंने एक बड़ी वही चीज़ है जो हूँ इतने मनजीत जी ने भी कहा साढ़े तलक नहीं है वो कहते साडा बयान नहीं तो अपना जाती बयान है मैं जो कह रहा भारतीय जनता पार्टी का बयान है भारतीय जनता पार्टी के बयान से कहना बहुत ज्यादा घट है क्योंकि समय आखिरी एक सवाल होगा आखिरी एक सवाल आखिरी सवाल है जवाब दे दो देखो हंसपाल जी ने गल की है भी जो भी उ सर्जरी का स्ट्राइक हुई है वो उत्ते असी राजनीति नहीं की जिहड़ा साडा एनडी आ साडे नरेंद्र भाई मोदी जी आने भी तीन दिन शांति रखी बिल्कुल मूह कुछ नहीं बोले वो साडे जो सेना के अधिकारी है जिन्हों का फर्ज सी देश की सुरक्षा करनी तीन दिन उन्होंने प्रेस कॉन्फ्रेंस करके पूरे देश को संबोधन किया भी असं उ तीन दिन चुप रहे तीन दिन तीजे दिन शुरुआत किने की उन्होंने लाशों के उत्ते सियासत करन दी इन्हां लोकां ने कांग्रेस के बयान आए आ उत्थे पुलवामा हमले के उत्ते राजनीति करते प्रेरित बयान आए आ फिर जाके इन्होंने राजनीति की एक तां कह सकदे वी सी राजनीति हाँ जी हाँ जी आखिरी सवाल है जिहड़ा मैं कांग्रेस कोलों ही आके पुछ रहा हाँ जी राजनीति का बार बार तुहाडे ते सवाल आ रहा क्या जा रहा कि तुसीं राजनीति कर रहे हो कांग्रेस ने देश दे नाल जुड़े मुद्दियां ते जिहड़े खास करके जिहड़े साडे नौजवान सिपाही शहीद होए आ पिछला भी साडा इतिहास है असी कभी इतने वोटां लैण की कोशिश नहीं की मैनू ये दसन साडे बीजेपी के नुमाइंदे और अकाली दल के नुमाइंदे बैठे आ जेडे इन्होंने मैनीफेस्टो के वादे किए थे 2 करोड़ नौजवानों नौ नौकरी बटाले के भी एक भी नौजवान मैं दस दिन जिन्हों सरकारी नौकरी मिले मैनू दस दिन मैं डेवलपमेंट नंबर दो इन्होंने सिरसा प्रस्ती लोगों को वंड के वोटा लैन की कोशिश की मुसलमान भी है और हिंदू भी है और सारे धर्म के लो नौजवान मरे ने पर इन्हे बीजेपी बीजेपी जी सियासत करने तो कभी भी बाज नहीं आती और समझ चुके हो चुके हैं अश्विनी सेखड़ी नु तुसी अपना लीडर मान दो सियासत एक सेवा और एक विचारां दी खेड़ है तुसीं पहला सब तो किया इत्थे अनाउंस किया कि विचारां दी जंग सियासी तौर पर मेरे अश्विनी सेखड़ी नाल विचार नहीं लड़दे इस करके मैं उन्होंने लीडर नहीं मानता पर निजी तौर पर मेरी उन्होंने निजी तौर पर कोई दुश्मनी नहीं अगर वो साडे शहर वास्ते उन्होंने बीजेपी नाल रल के इत्थे कमेटी बनाई उस दिन तो बाद मैं सेखड़ी साहब की सियासत ते बिल्कुल ताना मार जी बिल्कुल जी एक कारण दस चुके हैं कि कारण है और अश्विनी सेखड़ी आपका लीडर मानते तो हाड़े कोल भी आखिरी एक सवाल है
ਤੇ ਜੋ ਪੁਲਵਾਮਾ ਹਮਲੇ ਦੀ ਗੱਲ ਹੁੰਦੀ ਆ ਬਾਰ ਬਾਰ ਔਰ ਤੁਸੀਂ ਵੀ ਲਾਸ਼ਾਂ ਦੀ ਜਿਹੜੀ ਆ ਗਿਣਤੀ ਸ਼ੁਰੂ ਕਰ ਦਿੰਦੇ ਹੋ, ਮੈਨੂੰ ਇੱਕ ਗੱਲ ਦੱਸੋ ਕਿ ਜਿਹੜੀਆਂ ਵੀ ਇੱਥੇ ਪਾਰਟੀਆਂ ਖੜੀਆਂ ਨੇ, ਚਾਹੇ ਉਹ BJP ਵਾਲੀ ਹੈ, ਚਾਹੇ ਅਕਾਲੀ ਦਲ ਹੈ, ਲੋਕ ਇਨਸਾਫ਼ ਪਾਰਟੀ ਹੈ, ਚਾਹੇ ਕਾਂਗਰਸ ਪਾਰਟੀ ਹੈ, ਜਿਹੜੇ 40 ਸ਼ਹੀਦ ਹੋਏ ਸੀ, 45 ਸ਼ਹੀਦ ਹੋਏ ਸੀ, ਜਿਹਨਾਂ 'ਚੋਂ ਕੁਝ ਪੰਜਾਬ ਦੇ ਵੀ ਸੀ, ਤੁਹਾਡੇ ਵਿੱਚੋਂ ਕਿਹੜੇ ਕਿਹੜੇ ਸ਼ਖਸ ਉਹਨਾਂ ਦੇ ਘਰਾਂ 'ਚ ਗਏ ਨੇ, ਇੱਕ ਵਾਰੀ ਹੱਥ ਖੜਾ ਜ਼ਰੂਰ ਕਰਕੇ ਦੱਸੋ। ਨਾ ਆਮ ਆਦਮੀ ਪਾਰਟੀ 'ਚੋਂ ਇਹਨਾਂ ਵੱਲੋਂ ਵੀ ਨਹੀਂ ਜਾ ਸਕਦਾ। ਮੈਂ ਇਹ ਕਰਕੇ ਕਰ ਰਿਹਾ, ਇਹਨਾਂ ਲਾਸ਼ਾਂ ਦੇ ਉੱਤੇ ਰਾਜਨੀਤੀ ਕਰਨੀ ਬਹੁਤ ਸੌਖੀ ਹੈ, ਬੜੀ ਆਸਾਨ ਹੈ। ਉਹਨਾਂ ਦਾ ਦੁੱਖ ਵਡਾਉਣਾ, ਉਹਨਾਂ ਦੇ ਜਾ ਕੇ ਦੁੱਖ ਦਰਦ ਨੂੰ ਦੂਰ ਕਰਨਾ, ਉਹਦੇ ਵਾਸਤੇ ਕਿਸੇ ਦੇ ਕੋਲ ਹਿੰਮਤ ਨਹੀਂ ਹੈ, ਕਿਸੇ ਕੋਲ ਜਾਣ ਦੇ ਜੋਗਾ ਟਾਈਮ ਨਹੀਂ ਹੈ, ਉਹਦੇ ਜੋਗਾ ਤੇਲ ਨਹੀਂ ਕਿ ਉੱਥੋਂ ਤੱਕ ਜਾ ਸਕਣ, ਲੇਕਿਨ ਇੱਥੇ ਸਟੇਜ ਦੇ ਉੱਤੇ ਖੜ ਕੇ ਬੜੀਆਂ ਬੜੀਆਂ ਜਿਹੜੀਆਂ ਗੱਲਾਂ ਜਿਹੜੀਆਂ ਨੇ ਉਹ ਦੇਸ਼ ਭਗਤੀ ਦੀਆਂ ਜਿਹੜੀਆਂ ਕਰ ਰਹੇ ਨੇ ਲੋਕ। ਇਸਦੇ ਨਾਲ ਹੀ ਮੈਨੂੰ ਇੱਕ ਗੱਲ ਦੱਸੋ, ਇਹ ਜੋ ਜਵਾਨ ਸ਼ਹੀਦ ਹੋਏ ਆ, ਤੁਹਾਨੂੰ ਪਤਾ ਕਿ ਇਹਨਾਂ ਜਵਾਨਾਂ ਨੂੰ ਨਾ ਪੈਨਸ਼ਨ ਮਿਲਦੀ ਹੈ, ਨਾ ਇਹਨਾਂ ਦੀਆਂ ਜਿਹੜੀਆਂ ਹੋਰ ਸ਼ਹੀਦਾਂ ਦੀ ਕੈਟਾਗਰੀ 'ਚ ਜੋ ਇਹਨਾਂ ਨੂੰ ਮਿਲਦਾ ਹੈ ਉਹ ਮਿਲਣਾ? ਤੁਸੀਂ ਉਹਨਾਂ ਵਾਸਤੇ ਕੋਈ ਲੜਾਈ ਲੜੀ, ਕੋਈ ਐਲਾਨ ਕੀਤਾ ਕਿਸੇ ਪਾਰਟੀ ਨੇ? ਕਿਸੇ ਨੇ ਨਹੀਂ ਕੀਤਾ। ਸੋ ਮੈਂ ਇਹ ਸਵਾਲ ਤੁਹਾਡੇ ਕੋਲ ਪੁੱਛਣਾ ਚਾਹੁੰਦਾ, ਇਹ ਸਿਆਸਤ ਕਿਉਂ ਕਿਉਂ ਨਹੀਂ ਤੁਸੀਂ ਉਹਨਾਂ ਦਾ ਦੁੱਖ ਆਪ ਵੰਡਾਉਂਦੇ? ਬਿੱਟੂ ਜੀ, ਮੈਂ ਤੁਹਾਨੂੰ ਇਸੇ ਗੱਲ ਦਾ ਜਵਾਬ ਦੇਣਾ ਚਾਹੁੰਦਾ। ਦੇਖੋ, ਤੁਹਾਡਾ ਇੱਕ NRI ਚੈਨਲ ਆ, ਅੱਜ ਤੁਹਾਨੂੰ ਬਟਾਲੇ ਦੇ ਵਿੱਚ ਡਿਬੇਟ ਕਰਨ ਲੱਗੇ ਹੋ ਤਾਂ ਤੁਸੀਂ ਕਿਉਂ ਰੁਕੇ ਆਏ? ਕਿਉਂਕਿ ਤੁਸੀਂ ਇੱਥੋਂ ਦੇ ਨੁਮਾਇੰਦੇ ਸਾਡੇ। ਸਾਨੂੰ ਬੜੇ ਮਾਣ ਨਾਲ ਕਹਿਣਾ ਪੈਂਦਾ ਵਾ ਵੀ ਇਸ ਦੁੱਖ ਦੀ ਘੜੀ ਦੇ ਵਿੱਚ ਜਿਹੜਾ ਸਾਡਾ ਪਾਰਟੀ ਪ੍ਰਧਾਨ ਭਗਵੰਤ ਮਾਨ ਹੈ, ਉਹ ਹਰ ਇੱਕ ਨਾਲ ਦੁੱਖ ਦੀ ਘੜੀ ਦੇ ਵਿੱਚ ਮੋਢੇ ਨਾਲ ਮੋਢਾ ਲਾ ਕੇ ਤੁਰਦੇ ਨੇ। ਉਹ ਇੱਥੇ ਅਫਸੋਸ ਵੀ ਕਰਕੇ ਆਏ, ਉਹਨਾਂ ਦੇ ਜਿਹਨਾਂ ਜਿਹਨਾਂ ਦੇ ਘਰ ਜਾਣਾ ਪਿਆ ਉਹ ਹੋ ਕੇ ਆਏ ਨੇ। ਔਰ ਮੈਨੂੰ ਬੜੇ ਇਹ ਵੀ ਗੱਲ ਆਪਣੀ ਪਾਰਟੀ ਤੋਂ ਮੈਨੂੰ ਸਮਝ ਲਓ ਵੀ ਸਿਰ ਇੱਕ ਚੁੱਕ ਕੇ ਗੱਲ ਕਹਿਣੀ ਪੈ ਰਹੀ ਹੈ ਵੀ ਜਿਹੜੇ ਪਰਿਵਾਰ ਜਿਹੜਾ ਫੌਜੀ ਸ਼ਹੀਦ ਹੁੰਦਾ ਹੈ, ਆਮ ਆਦਮੀ ਪਾਰਟੀ ਸਰਕਾਰ ਨੂੰ 1-1 ਕਰੋੜ ਰੁਪਈਆ ਦਿੰਦੀ ਹੈ। BJP, ਅਕਾਲੀ ਦਲ, ਕਾਂਗਰਸ ਤਿੰਨਾਂ ਦੇ ਸਵਾਲ ਆ ਜਿਨ੍ਹਾਂ ਨੇ ਅੱਜ ਤੱਕ ਦਸਾਂ ਸ਼ਹੀਦਾਂ 'ਤੇ ਇੱਕ ਰਾਜਨੀਤੀ ਕੀਤੀ ਕਿ ਕਿਸੇ ਨੇ ਇਹਨਾਂ ਵੱਲ ਬਖਸ਼ਿਆ? ਕਿਸੇ ਪਾਰਟੀ ਨੇ ਵੀ ਇਹ ਮੁੱਦਾ ਚੁੱਕਿਆ ਵੀ ਜਿਹੜਾ ਬੰਦਾ ਚਲਾ ਗਿਆ ਸੀ ਦੁਨੀਆ 'ਚ, ਉਹਦੇ ਘਰੇ ਸਾਨੂੰ ਮਾਲੀ ਮਦਦ 1 ਕਰੋੜ ਰੁਪਈਆ ਦੇਣਾ ਚਾਹੀਦਾ? ਇਹ ਆ ਦੇਖੋ ਗੱਲਾਂ, ਮੈਂ ਜੋਗਵੀਰ ਮਾਰਤੂ ਨੂੰ ਇਹ ਗੱਲ ਕਹਿਣੀ ਚਾਹੁੰਦਾ। ਮਾਰਤੂ ਵੀਰ ਗੱਲਾਂ ਤੋਂ ਬੜੀਆਂ ਕਰਦਾ ਹੈ, ਇੱਥੇ ਬੱਚਿਆਂ ਦਾ ਪੋਲਿਆ ਸੰਤ ਫਰਾਂਸਿਸ ਜਿਹੜਾ ਤੁਹਾਡੀ ਸਰਕਾਰ ਸਮੇਂ ਬਣਿਆ ਸੀ, ਮੈਨੂੰ ਸ਼ਰਮ ਆਉਂਦੀ ਹੈ, ਬੱਚੇ ਤਰਾਸਦੇ ਨੇ ਬਾਬਾ ਜੀ ਦੇ ਵਿਆਹ ਤੇ ਸੀਵਰੇਜ ਦੇ ਵਿੱਚ ਬੱਚਾ ਦੇਖ ਕੇ ਮਰ ਗਿਆ ਸੀ। ਹਾਂਜੀ, ਉਹਦੇ ਵਿੱਚ ਮੈਨੂੰ ਇਹ ਸੀ ਵੀ ਉੱਥੋਂ ਸਿਰਫ ਤੇ ਸਿਰਫ ਨਿਆਣੇ ਨਿੱਕੇ ਨਿੱਕੇ ਬੱਚਿਆਂ ਦਾ ਕੀ ਕਸੂਰ ਹੈ? ਛੋਟੇ ਛੋਟੇ ਬੱਚਿਆਂ ਦਾ ਕੀ ਕਸੂਰ ਹੈ? ਆਪਾਂ ਪੁੱਲ ਨਹੀਂ ਸਿੱਖਣਾ ਜੀ। ਬਿਲਕੁਲ, ਮੁੱਦਾ ਜਿਹੜਾ ਹੈ ਬਿਲਕੁਲ ਇੱਕ ਵਾਜ਼ੇ ਬਹਿ ਚੁੱਕਿਆ ਜਾ ਰਿਹਾ, ਬੱਚਿਆਂ ਨਾਲ ਜੁੜਿਆ, ਬੱਚੇ ਸਾਡੇ ਸਾਂਝੇ ਦੇ, ਕੀ ਕਹਿਣਾ ਚਾਹੁੰਦੇ? ਮੈਂ ਸ਼ਹਿਰੀ ਵੀਰ ਜੀ ਤੁਹਾਡੇ ਥੋੜਾ ਜਿਹਾ ਧਿਆਨ 'ਚ ਲਿਆ ਦਿਆਂ, ਫੌਜੀਆਂ ਦਾ ਮਾਨ ਸਨਮਾਨ ਕਰਨ ਦੀ ਗੱਲ ਤੁਸੀਂ ਬੜੇ ਜ਼ੋਰ ਨਾਲ ਗੱਲ ਉਠਾਈ, ਬੜੀ ਵਧੀਆ ਲੱਗੀ ਗੱਲ ਵੀ ਤੁਸੀਂ ਫੌਜੀਆਂ ਦੀ ਗੱਲ ਕੀਤੀ। ਫੌਜੀਆਂ ਵਾਸਤੇ ਕੁਝ ਕੀਤਾ ਕਿ ਨਹੀਂ ਕੀਤਾ ਤੁਹਾਡੀ ਪਾਰਟੀ ਨੇ ਉਹ ਤਾਂ ਨਹੀਂ ਮੈਂ ਕਹਿ ਸਕਦਾ। ਸਭ ਤੋਂ ਪਹਿਲਾਂ ਜਦੋਂ ਫੌਜੀ ਸ਼ਹੀਦ ਹੁੰਦੇ ਸੀ ਜਿਹੜੇ ਬਾਰਡਰਾਂ ਦੇ ਉੱਤੇ, ਬਰਫ਼ਾਂ ਦੇ ਉੱਤੇ ਜਾਂ ਸ਼੍ਰੀਨਗਰ ਤੋਂ ਦੂਰ ਦੁਰਾਡ ਬਾਰਡਰਾਂ 'ਤੇ ਸਾਡੀ ਰੱਖਿਆ ਕਰਦੇ ਸੀ, ਸਭ ਤੋਂ ਪਹਿਲਾਂ ਵਾਜਪਾਈ ਸਰਕਾਰ ਨੇ ਉਹਨਾਂ ਨੂੰ ਤਾਬੂਤ ਦੇ ਵਿੱਚ ਘਰ ਪਹੁੰਚਾਉਣ ਦਾ ਕੰਮ ਕੀਤਾ। ਅਤੇ ਵਾਜਪਾਈ ਸਰਕਾਰ, ਅਗਰ ਵਾਜਪਾਈ ਸਰਕਾਰ ਨੇ ਉਹਨਾਂ ਨੂੰ ਆਪਣੇ ਸ਼ਹੀਦ ਹੋਣ ਵਾਲੇ ਪਰਿਵਾਰ ਨੂੰ ਗੈਸਾਂ ਦੀਆਂ ਏਜੰਸੀਆਂ ਔਰ ਹੋਰ ਜਿਹੜੀਆਂ ਸਰਕਾਰੀ ਤੌਰ 'ਤੇ ਸੁਵਿਧਾ ਨੇ ਅਗਰ ਦੇਣ ਦੀ ਗੱਲ ਕੀਤੀ ਤਾਂ ਵਾਜਪਾਈ ਸਰਕਾਰ ਨੇ, ਉਹ ਪਹਿਲੀ ਗੈਰ ਕਾਂਗਰਸ ਸਰਕਾਰ ਸੀ ਜਿਹਨੇ ਫੌਜੀਆਂ ਜਵਾਨਾਂ ਦਾ ਮਾਨ ਸਨਮਾਨ, ਜਿਹੜੀ ਸਾਡੀ ਰੱਖਿਆ ਵਾਸਤੇ ਦਿਨ ਰਾਤ ਜੂਝਦੇ ਨੇ ਉਹਨਾਂ ਮਾਨ ਸਨਮਾਨ ਕਰਨ ਵਾਸਤੇ। ਮੈਂ ਕਾਂਗਰਸ ਨੂੰ ਕਹਾਂਗਾ, 60-65 ਸਾਲ ਤੁਸੀਂ ਰਾਜ ਕੀਤਾ, ਨਾ ਤੁਸੀਂ ਦੇਸ਼ ਨੂੰ ਕੋਈ ਫੌਜੀ ਦਾ ਮਾਨ ਸਨਮਾਨ ਕੀਤਾ, ਨਾ ਅੱਜ ਤੱਕ ਤੁਸੀਂ ਇਸ ਸ਼ਹਾਦਤ ਦੇ ਉੱਤੇ ਜਿਹੜੀ ਗੱਲ ਰਾਜਨੀਤੀ ਦੀ ਕਰਦੇ ਹੋ। ਦੂਸਰੀ ਗੱਲ, ਇਹ ਰਾਜਨੀਤੀ ਦੀ ਗੱਲ ਜਿਹੜੀ ਤੁਹਾਨੂੰ ਸ਼ੋਭਾ ਨਹੀਂ ਦਿੰਦੀ, ਕਿਉਂ? ਸ਼ਹੀਦਾਂ ਦਾ
सारे वर्गों का सारिया धर्मों का होना जरूरी है। अज भी मैं गल कहांगा अगर नरेंद्र भाई मोदी ने अगर उन्होंने फौजियों का मान सम्मान नू ठेस लगदिया वेख के शहादत हुंदिया देख के तीन दिन के अंदर सारे अपने जवानों नू निर्देश दिया निर्देश दे के वार रूम च रात बैठ के उस ढंग नू कंप्लीट करन तक वार रूम चो नहीं निकले वह देश की इच्छा शक्ति सी प्रधानमंत्री की भी होना चाहिए। दूसरी गल पुल की गल शहरी वीर जी की है ये पुल किस तरह बनया किदा नहीं बनया मैं उस तह च नहीं जाना पुल बनया पर पुल के वास्ते मीटिंग हुई ड्रेनेज विभाग का पुल है एक बार माल्टवीर जी पुल बनाया अकाली दल ने पुल बनाया लखबीर सिंह लोधी नंगल होना ने मैं कह कोई गरीब नहीं। दूसरी गल मेरी वीर गल मैं क्या भी उस गल की तह च नहीं जान दिया पहला गल सुन लो वीर जोड़ा पुल बनना चाहिए वास्ते मैं सरकार भी लिखे अज भी कहना म्युनिसिपल कमेटी ड्रेनेज विभाग की जिम्मेवारी है भावें ड्रेनेज विभाग कांग्रेस की सरकार है कांग्रेस दौड़ रही है उस मुद्दे तो क्योंकि पुल बनाना कोई वड्डी गल नहीं। मैं इतने ऐलान करदा सरकार ड्रेनेज विभाग लिखा म्युनिसिपल कमेटी नूं असीं उस पुल नूं कंप्लीट करके अज भी देण नूं तैयार। बिल्कुल एक सवाल आखिरी जो सवाल होणगे इस वेले अकाली दल लोधी साहब पार्टी है या कांग्रेस इहदे विचों किहदे नाल तुसीं सवाल करदे हो? मैं मनजीत जी नूं एक सवाल पूछना चाहुंदी आ प्लीज सारे शांत हो जाओ मैनूं समझ नहीं आई डिबेट किहदी है। पहले तो रजपाल जी ने यह कहा कि ऑडियंस के क्वेश्चन होणगे जवाब जिहड़े नेता जी देणगे मड़ी ते उल्टा ही होणी आपस च भीड़ वजण डई है। सवाल यह है कि मनजीत जी अगर तुसीं यह कहिंदे हो कि सेखड़ी साहब नूं इह अपना लीडर नहीं मनदे फिर मैनूं दस्सो कांग्रेस दा लीडर किन्नूं तुसीं मनदे हो बटाले विच? हाँ जी कौन लीडर है जी? गीता जी पहली गल यह जरूरी नहीं हुंदा सियासत विच कि मैं अश्विनी सेखड़ी नूं लीडर मनना यह जरूरी नहीं। इत्थे साडे मैं अपने तों छोटे किसे वर्कर नूं भी लीडर मन सकदा पर गल विचारां दी है मैं उहनां दे विचारां नाल मेरे विचार नहीं रलदे इस करके मैं अपने पार्टी दे प्रधान राहुल गांधी जी दे सामने कहा कि मेरे इहनां नाल विचार नहीं रलदे इस करके मैं अपने विचारां ते सियासत करदा मैं बटाले दे तरक्की वास्ते जिहड़े ओह कम करदे मैनूं नहीं पसंद इस करके मैं जिहड़े नौजवानां वास्ते कम करने उहनां नूं चाहीदे सी उहनां नहीं कीते इस करके मेरे उहनां नाल विचार नहीं रलदे। ਇੱਥੇ ਮੈਂ ਸਾਰੇ ਦਰਸ਼ਕਾਂ ਨੂੰ ਇੱਕ ਗੱਲ ਜ਼ਰੂਰ ਕਹਿਣੀ ਚਾਹਾਂਗਾ ਕਿ ਅੱਜ ਦੀ ਇਸ ਡਿਬੇਟ ਦੇ ਵਿੱਚ ਬੁਲਾਇਆ ਗਿਆ ਸੀ ਅਸ਼ਵਨੀ ਸੇਖੜੀ ਜੀ ਨੂੰ ਉਹਨਾਂ ਦੇ ਕੋਲ ਜਾ ਕੇ ਉਹਨਾਂ ਨੂੰ ਇਹ ਡਿਬੇਟ ਬਾਰੇ ਕਿਹਾ ਗਿਆ ਸੀ ਅਸੀਂ ਵਜ੍ਹਾ ਤਾਂ ਨਹੀਂ ਜਾਣਦੇ ਕਿ ਡਿਬੇਟ ਤੋਂ ਕਿਉਂ ਦੌੜੇ ਨੇ ਪਰ ਇੱਥੇ ਦੇ ਜੋ ਹਾਲਾਤ ਨੇ ਇਹਨਾਂ ਤੋਂ ਲੱਗਦਾ ਹੈ ਕਿ ਉਹਨਾਂ ਦੇ ਕੋਲ ਕੋਈ ਜਵਾਬ ਨਹੀਂ ਸੀ ਕਿਸੇ ਗੱਲ ਦਾ ਇਸ ਕਰਕੇ ਸ਼ਾਇਦ ਉਹ ਦੌੜੇ ਹੋਣਗੇ। ਜੀ ਨਰਿੰਦਰ ਭਾਈ ਮੋਦੀ ਦੀ ਸਰਕਾਰ ਬਣੇਗੀ 250 सिर्फ सिर्फ स्वच्छता अभियान का भी मेरी आंटी जी ने गल की है जो मोदी साहब ने नारा लाया तो जे इतने जेडे भी नगर कौंसल हो मैंने नहीं उत्ते है चाहिए अंकल एक मिनट सनी साहब एक मिनट मेरी बेनती सुन लो आप सवाल तो सुन लीए आप इन्नी क्षमता रखिए कि सवाल सुन लीए सू दुख हो रहा मैं ये चाहना कि लोग सभा के जेडे चुनाव अश्विनी सेखड़ी का स्कूल कॉलेज जो भी बनया किन्नी किसी नूं सहूलत है सिर्फ उन्हूं मिलनी है जिहदे परसनल संबंध है उहदे अश्विनी सेखड़ी नाल। संत फरासर स्कूल वेरी बैड वेरी बैड नहीं मिलनी संत फरासर स्कूल उन्हां नूं उन्हां दे बच्चे दाखल होए ने परसनल कोटे च मंत्री कोटा वीआईपी कोटा सुनो स्कूल नंगे करन दी जरूरत रखो डॉक्टर नेजल दा स्कूल हाई प्रोफेशनल लीडर टॉप दा उत्थे भी उहदी हर साल मोटी बेशुमार रकम ਕਿਹੜਾ ਸਕੂਲ ਬਾਕੀ ਚਲੋ ਸਾਨੀ ਸਾਹਿਬ ਦਾ ਸਕੂਲ ਦੇਖੋ ਇਹ ਮੇਰੇ ਪੂਜਣੀ ਹੈ ਸਾਨੀ ਸਾਹਿਬ ਮੇਰੇ ਪੂਜਣੀ ਮੈਂ ਇਹਨਾਂ ਦਾ ਪੱਕਾ ਸਪੋਰਟਰ ਹਾਂ ਸੋ ਲੋਧੀ ਨੰਗਲ ਸਾਹਿਬ ਨਾਲ ਮੇਰਾ ਬਹੁਤ ਪਰਸਨਲ ਪ੍ਰੇਮ ਹੈ ਮੈਂ ਕਿਸੇ ਦੇ ਖਿਲਾਫ ਸੱਚਾਈ ਬੋਲਣ ਲੱਗਾ ਠੀਕ ਹੈ ਇਹਨਾਂ ਦਾ ਹੈਗਾ ਕਿ ਨਹੀਂ ਹੈਗਾ ਬੋਲੇ ਲੱਗਾ ਬਾਬੂ ਜੀ ਦਾ ਵੀ ਸਕੂਲ ਰੀਐਡਮਿਸ਼ਨ ਐਨੂਅਲ ਚਾਰਜ ਉੱਥੇ ਵੀ ਚੱਲਦਾ ਕੋਈ ਕਮੀ ਨਹੀਂ ਹੈਗੀ ਠੀਕ ਹੈ
ਹੋਰ ਦੱਸੋ ਕਿਹੜਾ ਸਕੂਲ ਹੈ ਆਪਣੇ ਆਰ ਡੀ ਖੋਸਾ ਸਕੂਲ ਉਹਦੀ ਦੱਸੋ ਕਿੱਥੋਂ ਤੱਕ ਅਪਰੋਚ ਨਹੀਂ ਦੱਸੋ ਕਿਹੜਾ ਉਹ ਲੀਡਰ ਨਾਲ ਜਿਹਨੂੰ ਜਾਂਦਾ ਉਹਨੂੰ ਸ਼ਿਕੰਜਾ ਪਾ ਲੈਂਦਾ ਇਲੈਕਸ਼ਨਾਂ ਵਿੱਚ ਇੰਨੇ ਨੇ ਫੰਡ ਦਿੰਦੇ ਨੇ ਮੈਂ ਇਹ ਗੱਲ ਕਹਿੰਦਾ ਤੁਸੀਂ ਆਉਂਦੇ ਇਲੈਕਸ਼ਨ ਦਾ ਮੁੱਦਾ ਨਹੀਂ ਹੈਗਾ ਪਾਰਲੀਮੈਂਟ ਦਾ ਮੁੱਦਾ ਨਹੀਂ ਕਿਹੜਾ ਮੁੱਦਾ ਸਿਰਫ ਇਸ ਲੋਕ ਸਭਾ ਨਹੀਂ ਇਹ 24 ਘੰਟੇ ਦਾ ਮੁੱਦਾ ਹੈ ਪੂਰੇ ਸਾਲ ਦਾ ਮੁੱਦਾ ਹੈ ਸਾਲਾਂ ਸਾਲ ਦਾ ਮੁੱਦਾ ਪਬਲਿਕ ਕੀ ਚਾਹੇ ਤੇ ਨਹੀਂ ਮਨਾ ਸਕਦੀ ਜਿਹੜੇ ਲੀਡਰ ਕੁਝ ਦੇਰ ਪਹਿਲਾਂ ਲੋਕ ਸਭਾ ਦਾ ਮੁੱਦਾ ਨਹੀਂ ਸੀ ਮੰਨ ਰਹੇ ਹਾਂਜੀ ਮੰਨ ਰਹੇ ਨੇ ਮੈਂ ਆਪਣੇ ਅਜ਼ੀਜ਼ਾਂ ਨੂੰ ਇੱਕ ਗੱਲ ਦੱਸਣੀ ਹੈ ਜਿਹੜੇ ਇਹਨਾਂ ਨੇ ਸਵਾਲ ਚੁੱਕੇ ਨੇ ਜਿਹਨਾਂ ਸਕੂਲਾਂ ਦਾ ਨਾਂ ਲਿਆ ਉਹਨਾਂ ਸਕੂਲਾਂ 'ਤੇ ਸਰਕਾਰ ਨੂੰ ਅੱਗੇ ਵਧਣਾ ਚਾਹੀਦਾ ਪਰ ਸਰਕਾਰ ਨੇ ਵਧਣਾ ਕਿੱਥੇ ਹੈ ਨਿੱਜਰ ਸਾਹਿਬ ਦੇ ਸਕੂਲ ਦੇ ਮਾਲਕ ਹੈਗੇ ਨੇ ਆਪਣੇ ਸੁਖਜਿੰਦਰ ਸਿੰਘ ਜੀ ਰੰਧਾਵਾ ਉੱਧਰ ਸੇਖਰੀ ਦੇ ਸਕੂਲ ਦੇ ਮਾਲਕ ਸੇਖਰੀ ਸਾਹਿਬ ਖੁਦ ਨੇ ਜਿਹੜਾ ਇੱਧਰ ਹੈਗਾ ਕੋਟਲਿਆਂ ਦਾ ਸਕੂਲ ਉਹਦਾ ਵੀ ਸੇਖਰੀ ਸਾਹਿਬ ਮਾਲਕ ਨੇ ਤੋ ਜੇ ਮੇਰੇ ਬਾਰੇ ਸਕੂਲਾਂ ਬਾਰੇ ਦੱਸਿਆ ਗਿਆ ਮੈਂ ਅੱਜ ਵੀ ਮੇਰੇ ਕੋਲ ਐਪਲੀਕੇਸ਼ਨਾਂ ਲੋਕਾਂ ਦੀਆਂ ਪਈਆਂ ਦੀਆਂ ਫੀਸ ਮਾਫੀ ਦੀਆਂ ਮੇਰੇ ਆਪਣੇ ਸਕੂਲ 'ਚ 800 ਸਟੂਡੈਂਟ ਹੈ ਜਿਹਦੇ 'ਚੋਂ 100 ਤੋਂ ਵੱਧ ਸਟੂਡੈਂਟ ਜਿਹੜਾ ਹੈਗਾ ਉਹ ਫਰੀ ਪੜ੍ਹਦਾ ਪਿਆ ਹਰ ਗਰੀਬ ਬੱਚਾ ਫਰੀ ਪੜ੍ਹਦਾ ਪਿਆ ਨਾ ਕੋਈ ਗੱਲ ਹੋ ਕੇ ਬਾਅਦ ਮੇਰੀ ਜ਼ਾਤ 'ਤੇ ਕਿਸੇ ਨੇ ਗੱਲ ਕਰਨੀ 100 ਵਾਰ ਸੋਚ ਕੇ ਕਰੇ ਮੇਰੀ ਬੇਟੀ ਬਿਲਕੁਲ ਸਕੂਲ 'ਚ ਫਰੀ ਸਿੱਖਿਆ ਦੇਣ ਦੀ ਹੈ ਮੇਰੀ ਜੇ ਸਕੂਲ 'ਚ ਪਹਿਲੀ ਲੜਕੀ ਜਿਹਦਾ ਤੇ ਕੁਦਰਤੀ ਨਾਂ ਲਕਸ਼ਮੀ ਸੀਗਾ ਮੇਰੀ ਮਾਤਾ ਦੇ ਨਾਂ 'ਤੇ ਸੀਗਾ ਉਹ ਅੱਜ ਤੱਕ ਲੜਕੀ ਪੜ੍ਹਦੀ ਕੋਈ ਫੀਸ ਨਹੀਂ ਗਰੀਬ ਹੈ ਰਕਸ਼ਾ ਪੁਨਰ ਉਹਦਾ ਬਾਪ ਸੋ ਅਸੀਂ ਦਿੰਦੇ ਹਾਂ ਗਰੀਬ ਨੂੰ ਹੱਥ ਦਿੰਦੇ ਹਾਂ ਡੀ ਏ ਵੀ ਵਿੱਚ ਹਰ ਬੱਚੇ ਨੂੰ ਕਨਸੈਸ਼ਨ ਹੈ ਜੇ ਤੁਸੀਂ ਜਾਣ ਬੁੱਝ ਕੇ ਵੁੱਡ ਸਟਾਕ 'ਚ ਜਾਓਗੇ ਜਾਂ ਸੇਖਰੀਆਂ ਦੇ ਸਕੂਲ 'ਚ ਜਾਓਗੇ ਤੇ ਫਿਰ ਤਾਂ ਤੁਸੀਂ ਐਡਮਿਸ਼ਨ ਫੀਸ ਆਪਣੀ ਮੁੱਢਲੇ ਨਾਲ ਦੇਣੀ ਹੈ ਬਿਲਕੁਲ ਸਾਨੀ ਸਾਹਿਬ ਗੱਲ ਜ਼ਰੂਰ ਹੋਈ ਸੀ ਗੱਲ ਮੁੱਦਿਆਂ ਦੀ ਜ਼ਰੂਰ ਹੋਈ ਸੀ ਐਜੂਕੇਸ਼ਨ ਦੀ ਗੱਲ ਹੋਈ ਹੈ ਐਜੂਕੇਸ਼ਨ ਲੋਕ ਸਭਾ ਦਾ ਮੁੱਦਾ ਯਾਨੀ ਕਿ ਇਹ ਜੋ ਸਮੱਸਿਆ ਹੈ ਇਹ ਕੋਈ ਬਟਾਲੇ ਦੀ ਨਹੀਂ ਹੈ ਪੰਜਾਬ ਦੀ ਨਹੀਂ ਹੈ ਇਹ ਪੂਰੇ ਦੇਸ਼ ਦੀ ਸਮੱਸਿਆ ਹੈ ਇਸ ਸਮੱਸਿਆ 'ਚੋਂ ਨਿਕਲਣਾ ਬਹੁਤ ਜ਼ਰੂਰੀ ਹੈ ਦੇਖੋ ਹੰਸਪਾਲ ਜੀ ਨੇ ਗੱਲ ਕੀਤੀ ਸੀ ਐਜੂਕੇਸ਼ਨ ਦੇ ਮੁੱਦੇ ਦੀ ਵੀ ਲੋਕ ਸਭਾ ਦੇ ਵਿੱਚ ਮੁੱਦੇ ਦੀ ਜਿਹੜੀ ਐਜੂਕੇਸ਼ਨ ਦੀ ਗੱਲ ਕੀਤੀ ਸੀ ਇਹਨਾਂ ਨੇ ਇਹਨਾਂ ਵਾਂਗੂ ਮੋਬਾਈਲਾਂ ਦਾ ਲਾਰਾ ਨਹੀਂ ਲਾਇਆ ਸੀ ਵਿਦਿਆਰਥੀਆਂ ਨੂੰ ਕਿ ਆਪਣੀ ਪੜ੍ਹਾਈ ਛੱਡ ਕੇ ਤੁਸੀਂ ਸਮਾਰਟਫੋਨਾਂ ਦੇ ਆਰੇ ਲੱਗ ਜਾਓ ਪੜ੍ਹਾਈ ਦਾ ਕੀ ਆ ਦੂਜੀ ਗੱਲ ਹੰਸਪਾਲ ਜੀ 5 ਮੈਰੀਟੋ ਸਕੂਲ ਅਕਾਲੀ ਦਲ ਬੀਜੇਪੀ ਦੀ ਦੇਣ ਹੈ ਪੰਜਾਬ ਦੇ ਵਿੱਚ ਆਪਣੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਇੱਕ ਸਕੂਲ ਖੋਲਿਆ ਹਾਇਰ ਐਜੂਕੇਸ਼ਨ ਲਈ 80% ਤੋਂ ਵੱਧ ਨੰਬਰ ਲੈਣ ਵਾਲੇ ਜਿਹੜੇ ਸਾਡੇ ਸਟੂਡੈਂਟ ਨੇ ਉਹਨਾਂ ਦੀ ਪੜ੍ਹਾਈ ਦੇ ਲਈ 25,000 ਰੁਪਈਆ ਉਹਨਾਂ ਨੇ ਜਿਹੜਾ ਵਜ਼ੀਫੇ ਸਕੀਮ ਲਾਗੂ ਕੀਤੀ ਤਾਂ ਅਕਾਲੀ ਦਲ ਬੀਜੇਪੀ ਨੇ ਦਿੱਤੀ 10 ਸਾਲ ਇਹਨਾਂ ਨੇ ਕੀ ਕੀਤਾ ਐਜੂਕੇਸ਼ਨ ਗੱਲ ਅਸੀਂ ਫਿਰ ਕਰ ਰਹੇ ਸੀ ਲੋਕ ਸਭਾ ਦੀ ਲੋਕ ਸਭਾ ਤੋਂ ਭਟਕ ਕੇ ਅਸੀਂ ਫਿਰ ਆ ਗਏ ਹਾਂ ਛੋਟੇ ਮੁੱਦਿਆਂ 'ਤੇ ਹਾਂਜੀ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਮੁੱਦਾ ਲੋਕ ਸਭਾ ਚੋਣਾਂ ਦਾ ਅੱਛਾ ਇੱਥੇ ਆ ਗਈ ਬੀਜੇਪੀ ਅਕਾਲੀ ਦਲ ਕਾਂਗਰਸ ਅਤੇ ਆਮ ਆਦਮੀ ਇਹਨਾਂ ਦੀ ਬਹਿਸ ਸਾਰੀ ਜਨਤਾ ਨੇ ਸੁਣ ਲਈ ਹੈ ਹੁਣ ਮੇਰੀ ਵੀ ਸੁਣ ਲਓ 6 ਪਾਰਟੀਆਂ ਦਾ ਅਲਾਇੰਸ ਹੋਇਆ ਜਿਹਦਾ PDA ਬਣਿਆ ਮਜ਼ਬੂਰੀ ਗੱਠਜੋੜ ਬੰਧਨ ਇਹ ਹੁਣ ਇਹਨਾਂ ਨੂੰ ਲੋਕ ਸਭਾ ਚੋਣਾਂ 'ਚ ਦੱਸਾਂਗੇ 19 ਮਈ ਨੂੰ ਚੋਣਾਂ ਦਾ ਕੀ ਹੱਲ ਹੁੰਦਾ ਬਸ ਮੈਂ ਇੰਨੀ ਕਹਿੰਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਕਰਦਾ ਜੀ ਬਿਲਕੁਲ ਮੈਂ ਕਿਹਾ ਕੋਈ ਗੱਲ ਨਹੀਂ ਅਸੀਂ ਆਏ ਹੋਏ ਸਾਰੇ ਹੀ ਮਹਿਮਾਨਾਂ ਦਾ ਆਏ ਹੋਏ ਸਾਰੇ ਸਾਡੇ ਕੋਲ ਕੋਈ ਸਮੇਂ ਦੀ ਘਾਟ ਹੈ ਸਤਿ ਸ੍ਰੀ ਅਕਾਲ।